ਅਸੀਂ ਦੇ ਜਿਉਂਦੇ ਦੀ ਕੀ ਨਿਸ਼ਾਨੀ ਤੁਰਿਆ ਫਿਰਦਾ। ਕਹਿੰਦੇ ਮੈਂ ਸੁਰਤ ਕਰਕੇ ਕਹਿੰਦਾ ਉਹ ਬੰਦਾ ਮਰ ਜਾਂਦਾ ਹੈ ਜਿਹਨੂੰ ਵਾਹਿਗੁਰੂ ਭੁੱਲ ਜਾਂਦਾ। ਪਤਾ ਲੱਗਾ ਜੀ, ਸੁਰਤ ਕਰਕੇ ਉਹ ਬੰਦਾ ਮਰ ਜਾਂਦਾ ਜਿਹਨੂੰ ਵਾਹਿਗੁਰੂ ਭੁੱਲ ਜਾਂਦਾ। ਮੁਰਦੇ ਤੁਰੇ ਫਿਰਦੇ ਨੇ ਸੰਸਾਰ 'ਚ। ਮੁਰਦਿਆਂ ਦੀ ਇੱਕ ਅਨੰਦਪੁਰ ਸਾਹਿਬ ਜਗ੍ਹਾ, ਉਹਨੂੰ ਕਹਿੰਦੇ ਮੋਇਆਂ ਦੀ ਮੰਡੀ। ਉਸ ਜਗ੍ਹਾ ਦਾ ਨਾਮ ਮੋਇਆਂ ਦੀ ਮੰਡੀ। ਅਤੇ ਕਿਸੇ ਰੂਪ 'ਚ ਸਾਰਾ ਸੰਸਾਰ ਹੀ ਤੇਰੇ ਵਰਗਾ ਵੀ ਤੈਨੂੰ ਕਿਹਾ ਵਿਜੇ ਪਾਲ ਸਿੰਘ ਨਾ ਕਿਸੇ ਰੂਪ 'ਚ ਸਾਰੀ ਦੁਨੀਆ ਹੀ ਸੁਣ ਰਹੇ ਹੋ ਭੈਣ ਜੀ ਕੀ ਹੈ ਮੋਇਆਂ ਦੀ ਮੰਡੀ। ਇਹਨੂੰ ਬਾਣੀ 'ਚ ਇਸ ਤਰ੍ਹਾਂ ਵੀ ਲਿਖਿਆ ਵੀ ਮਿਰਤ ਮੰਡਲ। ਇਹ ਦੁਨੀਆ ਜਿਹੜਾ ਮੰਡਲ ਹੈ ਇਹ ਮੁਰਦਿਆਂ ਦਾ ਮੰਡਲ ਆ। ਅੱਖ ਵਾਹਿਗੁਰੂ ਮਹਾਰਾਜ, ਇਹਨਾਂ ਮੁਰਦਿਆਂ ਵਿੱਚੋਂ ਕੋਈ ਜਿਉਂਦਾ ਵੀ ਹੋ ਉੱਠਿਆ? ਇਹ ਸੋਹਣੇ ਨੇ ਬਚਨ ਟਿੱਕ ਕੇ ਸੁਣਿਓ। ਇਹਨਾਂ ਮੁਰਦਿਆਂ ਦੀ ਇਸ ਧਰਤੀ ਦੇ ਵਿੱਚੋਂ ਕੋਈ ਜਿਉਂਦਾ ਵੀ ਹੋ ਉੱਠਿਆ? ਕਹਿੰਦੇ ਹਾਂ। ਸੋ ਜੀਵਿਆ, ਬੋਲੋ ਅਰਥ ਕਰ ਲੋਗੇ? ਨਹੀਂ ਮੈਂ ਬਾਅਦ 'ਚ ਪੁੱਛੂ। ਇੰਨਾ ਉਹ ਬੰਦਾ ਜਿਉਂਦਾ ਹੋ ਗਿਆ ਇਹ ਮਰਿਆਂ 'ਚੋਂ ਸਾਰਿਆਂ 'ਚੋਂ ਜਿਹਦੇ ਮਨ ਵਿੱਚ ਵਾਹਿਗੁਰੂ 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 ਜਿਹਦੇ ਰਹੋ ਜਿਉਂਦੇ ਹੋਣਾ ਤੇ ਜੁੜੋ। ਦਵਾਈ
ਆਖੀਏ ਸੋ ਜੀਵਿਆ, ਇਹਨਾਂ ਕਹੋ ਸੋ ਜੀਵਿਆ, ਇਹਦਾ ਅਰਥ ਬਣਦਾ ਵੀ ਉਹ ਬੰਦਾ ਮਰੇ ਤੋਂ ਜਿਉਂਦਾ ਹੋ ਗਿਆ। ਜਿਸ ਮਨ ਵਸਿਆ ਸੋਏ, ਜਿਸ ਮਨ ਜਿਹਦੇ ਮਨ ਵਿੱਚ ਵਾਹਿਗੁਰੂ ਬਣ ਕੇ ਵਸ ਗਿਆ। ਮਹਾਰਾਜ ਜਿਹੜੀ ਦੂਸਰੀ ਦੁਨੀਆ ਹੈ, ਆ ਜਿਹੜੇ ਬਾਜ਼ਾਰਾਂ ਦੇ ਬਾਜ਼ਾਰ ਭਰੇ ਨੇ, ਮੋਢੇ ਨਾਲ ਮੋਢਾ ਵੱਜ ਰਿਹਾ, ਏਅਰਪੋਰਟਾਂ 'ਤੇ ਖਲੋਣ ਨੂੰ ਜਗ੍ਹਾ ਨਹੀਂ, ਰੇਲਵੇ ਸਟੇਸ਼ਨ 'ਤੇ ਖਲੋਣ ਨੂੰ ਸਿੱਧਾ ਹੋ ਕੇ ਅੱਛਾ ਰੇਲਵੇ ਸਟੇਸ਼ਨ 'ਤੇ ਖਲੋਣ ਨੂੰ ਜਗ੍ਹਾ ਨਹੀਂ, ਇੰਨੀ ਦੁਨੀਆ ਤੁਰੀ ਫਿਰਦੀ ਹੈ, ਇਹ ਕੀ ਨੇ? ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ, ਨਾਨਕ ਅਵਰ ਨਾ ਜੀਵੇ ਕੋਏ। ਜੇ ਤਾਂ ਸਰਲੀ ਜੀ ਭਾਸ਼ਾ ਹੈ, ਸਰਲ ਜੀ ਭਾਸ਼ਾ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਥਾਵਾਚਕਾਂ ਦੇ ਇੱਕ ਹੁੰਦਾ ਪਾੜੇ 'ਤੇ, ਵੇਖਿਆ ਜੇ ਕਈ ਮੱਝਾਂ ਪਾੜੇ 'ਤੇ ਦੁੱਧ ਦਿੰਦੀਆਂ, ਪਾੜਾ ਪਾਇਆ, ਥਾਪੀ ਮਾਰੀ, ਚੋਲੀ। ਤੁਸੀਂ ਆਪਣਾ ਜੀਵਨ ਮੇਰੇ ਹੱਥ ਜੋੜ ਕੇ ਬੇਨਤੀ ਹੈ, ਵੱਡੇ ਛੋਟੇ ਹੋ, ਜੀਵਨ ਪਾੜੇ 'ਤੇ ਨਾ ਬਣਾਓ, ਕਥਾਵਾਚਕਾਂ 'ਤੇ ਨਾ ਰਹੋ, ਡਿਪੈਂਡ ਨਾ ਕਰੋ, ਕੀਰਤਨ ਸੁਣੋ, ਮਗਰ ਇਹ ਨਾ ਕਹੋ ਵੀ ਇਹ ਦੱਸਣਗੇ ਤਾਂ ਸਾਨੂੰ ਪਤਾ ਲੱਗੂ। ਖੁਦ ਬਾਣੀ ਪੜ੍ਹੋ, ਉਹਨੂੰ ਵਿਚਾਰੋ। ਜਿੱਦਣ ਕਦੀ ਤੁਹਾਡੇ ਅੰਦਰੋਂ ਅਨੁਭਵ ਦੀ ਇੱਕ ਬੂੰਦ ਡਿੱਗੀ, ਤੁਸੀਂ ਜਾਣਿਆ ਬਾਣੀ ਨੂੰ, ਆਖੋ ਹੈ ਗੁਰੂ, ਸੱਚਮੁੱਚ ਹੀ ਇਨਕਲਾਬ ਆਜੂ ਅੰਦਰ। ਇੱਕ ਤੁਕ, ਬਹੁਤੀ ਨਹੀਂ, ਇੱਕ ਤੁਕ ਦਾ ਜਿੱਦਣ ਤੁਹਾਨੂੰ ਖੁਦ ਨੂੰ ਪਤਾ ਲੱਗਾ ਵੀ ਇਹਦਾ ਅਰਥ ਕੀ ਹੈ। ਆਣ ਕੇ ਡੱਬੇ 'ਚ ਰੁਪਈਆ ਪਾ ਦੇਣਾ, ਇਹਨੂੰ ਭਾਰ ਹੌਲਾ ਹੋਣ ਦੀ ਕਿਰਿਆ ਨਾ ਕਹੋ ਵੀ ਮੇਰੇ ਸਿਰ ਤੋਂ ਭਾਰ ਲੱਥ ਗਿਆ, ਮੈਂ ਇੱਕ ਗੋਲਕ 'ਚ ਰੁਪਈਆ ਪਾ ਦਿੱਤਾ, ਇੱਕ ਭਾਈ ਨੂੰ ਦੇ ਦਿੱਤਾ। ਮੇਰੀ ਇਹ ਭਾਵਨਾ ਹੈ ਵੀ ਸਿੱਖ ਜਪਜੀ ਸਾਹਿਬ ਪੜ੍ਹੇ, ਆਖੋ ਵਾਹਿਗੁਰੂ, ਅਤੇ ਅਸੰਖ ਪੌੜੀਆਂ ਦੇ ਵਿੱਚੋਂ, ਅਸੰਖ ਵਾਲੀਆਂ ਪੌੜੀਆਂ ਦੇ ਵਿੱਚੋਂ ਇਹਦੇ ਦਰਸ਼ਨ ਕਰੇ ਵੀ ਇਹ ਧਰਤੀ ਰੱਬ ਦੇ ਪਿਆਰਿਆਂ ਤੋਂ ਖਾਲੀ ਨਹੀਂ ਹੋਈ। ਇਹ ਧਰਤੀ ਪਿਆਰਿਆਂ ਤੋਂ ਅਸੰਖ ਜਪ, ਅਸੰਖ ਇੱਥੇ ਰੂਹਾਂ ਨੇ ਜਿਹੜੀਆਂ ਜਪ ਕਰਦੀਆਂ, ਖਾਲੀ ਨਹੀਂ ਗਈ। ਅਸੰਖ ਤਪ ਕਰਨ ਵਾਲੀਆਂ ਨੇ, ਅਸੰਖ ਗ੍ਰੰਥ, ਅਸੰਖ ਲੋਕ ਨੇ ਜਿਹੜੇ ਗ੍ਰੰਥ ਪੜ੍ਹਨ ਵਾਲੇ ਨੇ, ਮੁੱਖ ਵੇਦ ਪਾਠ ਮੂੰਹ ਤੋਂ ਗਿਆਨ ਦੇ ਗ੍ਰੰਥਾਂ ਦਾ, ਵੇਦ ਦਾ ਮਤਲਬ ਹੁੰਦਾ ਗਿਆਨ, ਵੇਦ ਚਾਰ ਨਹੀਂ, ਵੇਦ ਦਾ ਅਰਥ ਕੀ ਹੈ? ਗਿਆਨ। ਐਰਨ ਮਤ ਬੋਲਿਆ ਕਰੋ ਉੱਚੀ ਥੋੜ੍ਹਾ ਜਿਹਾ, ਐਨਰਜੀ ਸਾਰਾ ਦਿਨ ਭੈਣਾਂ ਨਾਲ, ਭਰਾਵਾਂ ਨਾਲ, ਮਿੱਤਰਾਂ ਨਾਲ ਤਾਂ ਪੂਰੀ ਲਾਉਂਦੇ ਹੋ, ਇੱਥੇ ਸੋਚਦੇ ਹੋ ਵੀ ਮੈਂ ਹੌਲੀ ਬੋਲਾਂ ਤਾਂ ਕਿ ਮੇਰੇ ਕੋਲੋਂ ਸ਼ਬਦ ਪੂਰਾ ਨਾ ਬੋਲਿਆ ਜਾਵੇ। ਸੱਜਣਾ, ਇੱਥੋਂ ਦਾ ਪੜ੍ਹਿਆ ਹੀ ਤੂੰ ਪਾਸ ਹੋਏਗਾ, ਇੱਥੇ ਜੋ ਸਿੱਖ ਲਏਗਾ ਤੇਰੇ ਐਗਜ਼ਾਮ ਵਿੱਚ ਆਹ ਗੱਲਾਂ ਆਉਣੀਆਂ ਹੀ, ਭੈਣਾਂ ਨਾਲ ਕੀਤੀਆਂ ਗੱਲਾਂ ਨਹੀਂ ਆਉਣੀਆਂ। ਕਿਉਂ ਆਉਣਗੀਆਂ ਬੋਲੋ? ਜਿਹੜਾ ਵਾਰਤਾਲਾਪ, ਜਿਹੜੇ ਡਾਇਲੋਗ ਤੂੰ ਆਪਣੇ ਚਾਚੇ, ਨਾਨੇ, ਫੁੱਫੇ, ਦੋਸਤਾਂ ਨਾਲ ਕੀਤੇ ਨੇ, ਉਹ ਇਮਤਿਹਾਨ ਵਿੱਚ ਨਹੀਂ ਆਉਣੇ।
ਆਉਣੇ ਆਖੋ ਵਾਹਿਗੁਰੂ ਵਾਹਿਗੁਰੂ। ਚੰਗੀ ਤਰ੍ਹਾਂ ਸਮਝ ਲਓ ਵੀ ਇਹਨੂੰ ਬਾਣੀ ਨੂੰ ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ, ਮੁੱਖ ਵੇਦ ਪਾਠ, ਅਸੰਖ ਯੋਗ ਜੁੜੇ ਹੋਏ। ਯੋਗ ਦਾ ਮਤਲਬ ਅਸੰਖ ਇਸ ਧਰਤੀ 'ਤੇ ਰੂਹਾਂ ਨੇ ਜਿਹੜੀਆਂ, ਧਰਤੀ ਬੜੀ ਵੱਡੀ ਹੈ, ਇੱਥੇ ਕੋਈ 2 ਕਿੱਲੇ ਦੀ ਧਰਤੀ ਥੋੜ੍ਹੀ ਹੈ ਵੀ ਪਤਾ ਲੱਗ ਜਾਏ, ਪਤਾ ਨਹੀਂ ਕਿੱਥੇ ਕਿੱਥੇ ਰੂਹਾਂ ਬੈਠੀਆਂ ਨੇ। ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਕਿ ਪਰਿਵਾਰ ਦੇ ਜੀਆਂ ਨੂੰ ਵੀ ਤੁਹਾਡੀ ਸੁਰਤ ਟਰੈਕ 'ਤੇ ਚੜ੍ਹੀ ਜੋ ਮੈਂ ਕਹਿ ਰਿਹਾ, ਜੇ ਨਹੀਂ ਤਾਂ ਮੈਂ ਫਿਰ ਇੱਕ ਵਾਰ ਟਰਾਈ ਕਰਦਾ। ਆਖੋ ਵਾਹਿਗੁਰੂ। ਸਿੱਖ ਜਪਜੀ ਸਾਹਿਬ ਪੜ੍ਹੇ ਅਤੇ ਜਦੋਂ ਅਸੰਖ ਦੀਆਂ ਪੌੜੀਆਂ ਪਹਿਲੀਆਂ 'ਚ ਵੀ ਜੁੜਿਆ ਜਾ ਸਕਦਾ, ਆ ਥੋੜ੍ਹਾ ਸੌਖਾ ਇਸ਼ਾਰਾ ਸੀ ਵੀ ਤੁਸੀਂ ਇਹ ਨਾ ਕਿਹਾ ਕਰੋ ਇਹ ਧਰਤੀ ਸੜ ਜਾਣੀ ਹੈ ਜੀ, ਗਲ ਜਾਣੀ ਹੈ ਜੀ, ਇੱਥੇ ਤਾਂ ਵੇਖੋ ਸਾਰੇ ਕਿਰਤ ਕਰਨੇ। ਮੇਰਾ ਬਾਬਾ ਕਹਿੰਦਾ ਨਹੀਂ, ਅਸੰਖ ਮਣੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਇੰਨੇ ਲੋਕ ਇਸ ਧਰਤੀ 'ਤੇ ਅਸੰਖ ਭਗਤ, ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਇੱਥੇ ਕੈਰ ਹੀ ਨਹੀਂ ਤੇ ਰਹਿੰਦੇ, ਇੱਥੇ ਅਸੰਖ ਸੂਰ, ਅਜੇ ਵੀ ਸੂਰਮੇ ਅਸੰਖ ਨੇ, ਮੋਹ ਭਖ। ਹੌਲੀ ਬੋਲਦੇ ਤਾਂ ਮੈਨੂੰ ਪਤਾ ਲੱਗ ਰਿਹਾ ਵੀ ਤੁਸੀਂ ਸੁਣ ਸਾਖੀ ਸੁਣ ਕੇ ਰਾਜੀ ਹੋ। ਮੈਨੂੰ ਦੱਸੋ ਇੱਕ ਵਾਰ ਸੱਚੀ ਸਾਖੀ ਕੀ ਆ ਗੁਰੂ ਸਾਹਿਬ ਦੀ, ਬੋਲੋ ਆਹ ਬੱਚੀ ਦੱਸੇ ਮੈਨੂੰ ਚਸ਼ਮੇ ਵਾਲੀ ਧੀ, ਸੱਚੀ ਸਾਖੀ ਕੀ ਆ? ਸੱਚੀ ਸਾਖੀ ਆ ਗੁਰੂ ਦੀ ਬਾਣੀ, ਜਿਹਨੂੰ ਸੁਣਦਿਆਂ ਸੁਣਦਿਆਂ ਕੰਨਾਂ ਰਾਹੀਂ ਅੰਮ੍ਰਿਤ ਪਵੇ ਬਾਣੀ ਦੀ ਸਾਖੀ ਦਾ, ਸਾਖੀ ਮੈਨੇ ਹੁੰਦੇ ਸਿੱਖਿਆ, ਸਾਖੀ ਮੀਨਜ ਕੀ ਹੈ? ਸਿੱਖਿਆ। ਗੁਰ ਸਾਖੀ ਜੋਤ, ਗੁਰੂ ਦੀ ਸਿੱਖਿਆ ਨਾਲ ਅੰਦਰ ਜੋਤ ਪ੍ਰਗਟ ਹੁੰਦੀ ਅਤੇ ਉਹ ਸਾਖੀ ਸੁਣਦਾ ਪੀਵਤ ਹੀ ਪ੍ਰਵਾਨ ਭਇਆ, ਪੀਂਦਿਆਂ ਪੀਂਦਿਆਂ ਹੀ ਰੂਹ ਉਹਦੇ ਦਰ 'ਤੇ ਪ੍ਰਵਾਨ ਹੋ ਗਈ। ਕਿੰਨੀਆਂ ਬਾਬਿਆਂ ਦੀਆਂ ਕਿੰਨੀਆਂ ਕਹਾਣੀਆਂ, ਕਿੰਨੀਆਂ ਸਾਖੀਆਂ ਸੁਣੀਆਂ, ਜੇ ਮਰੇ ਤਾਂ ਮਰੇ ਹੀ ਰਹਿ ਗਏ, ਸੁਰਤ ਤਾਂ ਮਰੀ ਹੀ ਰਹਿ ਗਈ ਨਾ, ਜਿੰਦੀ ਨਹੀਂ ਹੋਈ। ਨੋਟ ਕਰੋ ਗੁਰੂ ਕੇ ਸਿੱਖੋ, ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਗੁਰੂ ਦੀ ਸਾਖੀ ਕੀ ਹੈ? ਆਹ ਇੱਕ ਅੰਗ ਤੋਂ ਲੈ ਕੇ ਸਾਖੀ ਮੈਨੇ ਕੀ ਦੱਸਿਆ ਜੀ, ਇੱਕ ਵਾਰ ਦੱਸੋ। ਅਤੇ ਤੁਸੀਂ ਤਾਂ ਉਹ ਟੋਈਆਂ ਨੇ ਸਾਖੀਆਂ ਜਿਨ੍ਹਾਂ 'ਚ ਸਿੱਖਿਆ ਹੀ ਹੈ ਨਹੀਂ,
ਇੱਕ ਅਲੰਕਾਰ ਵਧੇ ਨੇ, ਬਾਬਾ ਫਲਾਣੇ ਥਾਂ ਜੰਮਿਆ, ਫਲਾਣੇ ਥਾਂ ਗਿਆ, ਢੀਂਡੇ ਥਾਂ ਗਿਆ, ਉਹਨੇ ਆਹ ਕੀਤਾ, ਉਹਨੇ ਆਹ ਕੀਤਾ, ਪਤਾ ਲੱਗ ਰਿਹਾ ਇਹਦੇ ਵਿੱਚ ਸਿੱਖਿਆ ਕੀ ਹੈ? ਜਾਣ ਵਾਲੀ ਕਹਾਣੀ ਤਾਂ ਤੁਹਾਡੇ ਨਾਲ ਵਾਪਰਦੀ, ਤੁਸੀਂ ਵੀ ਰੋਜ਼ ਆਪਣੇ ਕੰਮ 'ਤੇ ਜਾਂਦੇ ਹੋ ਅਤੇ ਆਉਂਦੇ ਹੋ, ਇਹਦੇ ਵਿੱਚ ਕੀ ਸਿੱਖਿਆ? ਮੈਂ ਕਵਾਂ ਕਰਨ 9 ਵਜੇ ਗਿਆ, 9 ਵਜੇ ਆਇਆ, ਮੈਂ ਕੀ ਸਿੱਖਿਆ? ਇਹਦਾ ਇੱਕ ਇੱਕ ਅੰਗ, ਇੱਕ ਇੱਕ ਸ਼ਬਦ ਸਿੱਖਿਆ ਨਾਲ ਭਰਿਆ। ਵੇਖੋ ਕਿੰਨੇ ਅਸੰਖ ਸੂਰ ਮੋਹ ਬਖਸਾਰ, ਅਸੰਖ ਇੱਥੇ ਮੋਨੀ ਬੈਠੇ ਨੇ ਚੌਂਕੜੇ ਮਾਰ ਕੇ, ਅਸੰਖ ਮੋਨ ਲਿਵ ਲਾਏ। ਅਤੇ ਮੇਰਾ ਬਾਬਾ ਇੰਨਾ ਜ਼ਿਕਰ ਕਰਕੇ ਕਹਿੰਦੇ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਜੋ ਤੁਧ ਭਾਵੈ, ਤੂੰ ਸਦਾ ਸਲਾਮਤ ਰਹੀਂ। ਫਿਰ ਅਗਲਾ ਪੱਖ ਲਓ, ਜਿੱਥੇ ਇਹਨੇ ਨਾਮ ਜਪਣ ਵਾਲੇ ਨੇ, ਪਤਾ ਲੱਗ ਰਿਹਾ ਜੀ, ਜਿੱਥੇ ਇਹਨੇ ਅਸੰਖ ਮੂਰਖ ਇਸ ਧਰਤੀ ਦੇ, ਫੋਟੋ ਵੇਖੋ, ਜਪਜੀ ਇਸ ਤਰ੍ਹਾਂ ਪੜ੍ਹੋ, ਧਿਆਨ ਦਿਓ ਪੁੱਤ, ਇੱਧਰ ਮੇਰੇ ਵੱਲ ਵੀ ਗੱਲ ਵੱਲ ਧਿਆਨ ਦਿਓ। ਜਿੱਥੇ ਸੰਖ ਸਤੀ ਨੇ, ਅਸੰਖ ਦਾਦਾਰ ਨੇ, ਅਸੰਖ ਸੂਰ ਨੇ, ਉੱਥੇ ਅਸੰਖ ਮੂਰਖ ਅੰਧ ਘੋਰ ਇੱਥੇ ਧਰਤੀ ਦੇ, ਅਸੰਖ ਚੋਰ, ਅਸੰਖ ਅਮਰ ਕਰ, ਅਸੰਖੀ ਨੇ ਜਿਹੜੇ ਗਲ ਵੱਢ, ਜੇ ਤਾਂ ਬਣੇਗਾ ਇਸ ਤਰ੍ਹਾਂ ਜਪਜੀ, ਫਿਰ ਤਾਂ ਜਪਜੀ ਬਣਾ ਦੂੰ ਤੈਨੂੰ ਰੱਬ। ਸੱਜਣਾ ਤੂੰ ਤਾਂ ਰੱਟ ਲਾ ਲਈ, ਮੈਂ ਇੱਕ ਹੀ ਕਰਨੇ, ਬੂੰਦ ਇੱਕ ਵੀ ਨਾ ਪੀਤੀ, ਆਖੋ ਵਾਹਿਗੁਰੂ ਬੂੰਦ। ਇਹਦੇ ਵਿੱਚੋਂ ਪੀਣਾ ਸੀ, ਇਸ ਜਪਜੀ ਸਾਹਿਬ ਦੇ ਵਿੱਚੋਂ ਦਰਸ਼ਨ ਕਰਨੇ ਸੀ। ਵੀ ਮੇਰਾ ਬਾਬਾ ਕਹਿੰਦਾ ਹੈ, ਜਦੋਂ ਲਾਈਟ ਮਾਰੀ ਅਤੇ ਇਸ ਧਰਤੀ 'ਤੇ ਮੈਨੂੰ ਅਸੰਖ ਜਪ ਕਰਨ ਵਾਲੇ ਮਿਲੇ, ਅਸੰਖ ਤਪ ਨਾਲ ਵੇਖਣਾ ਹੈ ਵੀ ਐਸਾ ਧਰਤੀ 'ਤੇ ਕਾਲ ਨਹੀਂ ਪਿਆ ਨਾਮ ਜਪਣ ਵਾਲਿਆਂ ਦਾ, ਨਾਮ ਜਪਣ ਵਾਲੇ ਅਜੇ ਵੀ ਹੈਗੇ, ਸੂਰਮਿਆਂ ਦਾ ਸੂਰਮੇ ਅਜੇ ਵੀ ਹੈਗੇ, ਆਖੋ ਵਾਹਿਗੁਰੂ। ਅਤੇ ਮੂਰਖ ਵੀ ਵੇਖੋ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਅਸੰਖ ਮੂਰਖ ਅੰਧ ਘੋਰ ਅੰਧ ਗਿਆਨੀ ਨੇ, ਅਸੰਖ ਚੋਰ ਰੋਜ਼ ਹੀ ਨੇ, ਇੱਥੋਂ ਤੱਕ ਵੀ ਹੈਗੇ ਜਿਹੜੇ ਗੁਰੂ ਦੀ ਗੋਲਕ 'ਚੋਂ ਪੈਸੇ ਕੱਢ ਲੈਂਦੇ, ਆਖੋ ਵਾਹਿਗੁਰੂ। ਹੋਰ ਦੀ ਤਾਂ ਚੋਰੀ ਛੱਡੋ, ਜਿਹੜਾ ਸਾਹਮਣੇ ਬੈਠਾ ਉਹਦੇ ਕੋਲੋਂ ਵੀ ਪੈਸੇ ਚੋਰੀ ਕਰ ਲੈਂਦੇ, ਆਖੋ ਵਾਹਿਗੁਰੂ। ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ, ਅਸੰਖ ਗਲ ਵੱਢ, ਵੇਖੇ ਜੇ ਕਦੀ ਦੱਸੋ ਭਲਾ, ਆਪਾਂ ਪਰਿਵਾਰ ਬੈਠੇ ਜੇ ਤੁਸੀਂ ਮੁਰਗੇ ਵਾਲੇ 'ਤੇ ਧਿਆਨ ਖੜਦੇ ਹੋ, ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਪੁੱਤ, ਅਸੀਂ ਕਿੱਥੇ ਫੱਟ ਧਿਆਨ ਲੈ ਜਾਂਦੇ ਵੀ ਜਿਹੜੇ ਮੁਰਗੇ ਕੱਟਦੇ, ਜਿਹੜੇ ਬੰਦੇ ਦਾ ਗਲ ਕੱਟਦੇ, ਜਿਹੜੇ ਮਰਿਆਦਾ ਦਾ ਗਲ ਕੱਟਦੇ, ਆਖੋ ਵਾਹਿਗੁਰੂ। ਜਿਹੜੇ ਮਰਿਆਦਾ ਨੂੰ ਕੱਟਦੇ, ਜਿਹੜੇ ਮਰਿਆਦਾ ਦਾ ਹਨਨ ਕਰਦੇ, ਉਹ ਵੀ ਤਾਂ ਕੁਝ ਕੱਟ ਹੀ ਰਹੇ। ਮੇਰਾ ਕਹਿਣ ਦਾ ਮਤਲਬ ਸੀ, ਤੁਸੀਂ ਜਪਜੀ ਸਾਹਿਬ ਪੜ੍ਹੋ, ਮਗਰ ਜਪਜੀ ਸਾਹਿਬ ਪੜ੍ਹ ਕੇ ਸਾਰੇ ਪ੍ਰਕਰਨ ਦੇ ਦਰਸ਼ਨ ਕਰੋ, ਭਾਂਡਾ ਪਾਓ, ਪ੍ਰੇਮ ਦਾ ਭਾਂਡਾ ਕਦੀ ਮੇਰਾ ਬਣ ਜਾਏ, ਅਤੇ ਪ੍ਰੇਮ ਦੇ ਭਾਂਡੇ 'ਚ ਪੈਣਾ ਹੈ ਅੰਮ੍ਰਿਤ ਨਾਮ, ਆਖੋ ਵਾਹਿਗੁਰੂ। ਭਾਂਡਾ ਪਾਓ ਅੰਮ੍ਰਿਤ, ਅੰਮ੍ਰਿਤ ਬਣੇ ਨਾਮ, ਜਿੰਨਾ ਚਿਰ ਭਾਂਡਾ ਪ੍ਰੇਮ ਦਾ ਨਹੀਂ
ਨੇਮ ਦੇ ਭਾਂਡੇ 'ਚ ਨਾਮ ਟਿਕਦਾ ਨਹੀਂ, ਰੋਜ਼ ਹੀ ਪੈਂਦਾ, ਰੋਜ਼ ਹੀ ਖਾਲੀ, ਨਹੀਂ ਪਤਾ ਲੱਗਾ ਕਰਨ। ਨੇਮ ਦੇ ਭਾਂਡੇ 'ਚ ਨਿਮੀਆਂ ਦੇ ਕੋਲ ਰੋਜ਼ ਇੰਨੇ ਘੰਟੇ ਨਾਮ ਜਪਿਆ, ਇੰਨੀਆਂ ਬਾਣੀਆਂ ਪੜ੍ਹੀਆਂ, ਜਦੋਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਤਾਂ ਭਾਂਡੇ 'ਚ ਕੁਝ ਵੀ ਨਾ, ਪਤਾ ਲੱਗ ਰਿਹਾ ਜੀ। ਪ੍ਰੇਮੀ ਦੇ ਭਾਂਡੇ ਵਿੱਚ ਇੱਕ ਇੱਕ ਡਿੱਗੀ ਬੂੰਦ ਉਹਦੀਆਂ ਅੱਖਾਂ 'ਚੋਂ ਦਿਸਦੀ, ਪਤਾ ਲੱਗਾ ਧੀਏ, ਉਹਦੀਆਂ ਉਹਦੇ ਬੋਲ 'ਚੋਂ ਦਿਸਦੀ। ਭਗਤ ਭੀਖਣ ਕਹਿੰਦਾ ਹੈ ਰਸਨਾ ਰਮਤ, ਰਸਨਾ ਜਪਦੀ ਜਪਦੀ ਇੰਨੀ ਰਸ ਨਾਲ ਭਰ ਗਈ ਸੁਣਤ ਉਹ ਬੋਲੀ ਨਹੀਂ। ਅਜੇ ਭਾਈ ਸਾਹਿਬ ਪਕੜੀ ਨਹੀਂ ਗੱਲ, ਨਾਮ ਜਪਣ ਵਾਲੇ ਦੀ ਰਸਨਾ ਬੋਲੀ ਅਤੇ ਕੰਨਾਂ ਨੂੰ ਸੁੱਖ ਮਿਲਿਆ। ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਜਦੋਂ ਬੋਲਦੇ ਸੀ ਨਾ ਗੁਰੂ ਕੇ ਸਿੱਖੋ, ਜਿਹਨਾਂ ਜਿਹਨਾਂ ਨੇ ਕਿਤੇ ਉਹਦਾ ਕੀਰਤਨ ਸੁਣਿਆ ਗੁਰੂ ਕੇ ਸਿੱਖ ਦਾ, ਆਪ ਜਪਦਾ ਸੀ ਨਾ। ਨਾਮ ਜਪਣ ਵਾਲੇ ਦੀ ਰਸਨਾ ਜਦੋਂ ਬੋਲੀ, ਰਸਨਾ ਰਮਤ ਸੁਣਤ ਸੁੱਖ ਸਰਵਣਾ, ਕੰਨਾਂ ਨੂੰ ਸਕੂਨ ਮਿਲਿਆ। ਕਿਹਦੀ ਗੱਲ ਸੁਣ ਕੇ? ਨਾਮ ਜਪਣ ਵਾਲਾ ਜਦੋਂ ਬੋਲਦਾ ਹੈ ਸੁਣਤ ਸੁੱਖ ਸਰਵਣਾ, ਅਤੇ ਜਦੋਂ ਰਾਤ ਨੂੰ ਲੰਮੇ ਪੈ ਗਿਆ ਇਤਰਾ ਸਿਰਾਣੇ 'ਤੇ ਸਿਰ ਰੱਖ ਕੇ, ਫਿਰ ਚੇਤੇ ਕਰਦਾ ਮੈਂ ਦੀਵਾਨ ਵਿੱਚ ਬੈਠਾ ਸਾਂ, ਉੱਥੇ ਭਾਈ ਸਾਹਿਬ ਨੇ ਆਹ ਗੱਲਾਂ ਕੀਤੀਆਂ, ਪਕੜਦਾ ਹੋਣਾ, ਚੇਤਾ ਆ ਰਿਹਾ ਹੈ, ਗੁਆਚਾ ਤਾਂ ਨਹੀਂ। ਇੱਥੇ ਸਿਰ ਥੱਲੇ ਹੱਥ ਰੱਖ ਕੇ ਰਾਤ ਨੂੰ ਲੰਮੇ ਪੈ ਗਿਆ ਮੰਜੇ 'ਤੇ, ਹੁਣ ਉਹ ਗੱਲਾਂ ਚੇਤੇ ਕਰਦਾ ਜਿਹੜੀਆਂ ਸੰਗਤ 'ਚ ਬਹਿ ਕੇ ਸੁਣ ਕੇ ਆਇਆ, ਚਿੱਤ ਚੇਤੇ ਸੁੱਖ ਹੋਈ, ਨਹੀਂ ਪਤਾ ਲੱਗ ਰਿਹਾ, ਬਰੀਕ ਆ ਥੋੜ੍ਹਾ ਜਿਹਾ। ਉਹ ਗੱਲਾਂ ਚੇਤੇ ਕੀਤੀਆਂ ਜਿਹੜੀਆਂ ਨਾਮ ਜਪਣ ਵਾਲਾ ਸੰਗਤ 'ਚ ਕਰਦਾ ਸੀ, ਨਾਮ ਜਪਣ ਵਾਲਾ ਕਰਦਾ ਅਤੇ ਜਿਹੜਾ ਸੁਣ ਕੇ ਆਇਆ ਉਹਨੂੰ ਚੇਤੇ ਉਹ ਗੱਲਾਂ ਆਈਆਂ ਅਤੇ ਲੰਮੇ ਪੈ ਨੂੰ ਸਕੂਨ ਮਿਲਿਆ ਉਹ ਗੱਲਾਂ ਚੇਤੇ ਕਰਕੇ। ਇਹ ਕਹਿੰਦੇ ਨਾਮ ਜਪਣ ਵਾਲੇ ਦੀ ਕਹਾਣੀ। ਆਖੋ ਵਾਹਿਗੁਰੂ, ਕਹੋ ਭੀਖਣ, ਨਾਮ ਜਪਣ ਨਾਲ ਇੰਨਾ ਰਸ ਆ ਗਿਆ। ਕਹੋ ਭੀਖਣ ਦੋਏ ਨੈਣ ਸੰਤੋਖੇ, ਦੋਵਾਂ ਅੱਖਾਂ ਵਿੱਚ ਸੰਤੋਖ ਆ ਗਿਆ, ਨਹੀਂ ਦਿਸਦੀ ਹੁਣ ਕਿਸੇ ਦੀ ਧੀ, ਨਹੀਂ ਕਿਸੇ ਦਾ ਰੂਪ ਦਿਸਦਾ, ਜੈ ਦੇਖਾਂ ਤੈਂ ਸੋਈ। ਇੱਥੇ ਔਰਤ, ਇਤਰਾਂ ਬਾਣੀ 'ਚ ਲਿਖਿਆ ਜੇ, ਇੱਥੇ ਔਰਤ ਮਰਦਾਂ ਸਾਜੇ, ਇਤਰਾਂ ਲਿਖਿਆ ਜੇ ਗੁਰਬਾਣੀ 'ਚ, ਇੰਨੀਆਂ ਔਰਤਾਂ ਇੰਨੇ ਮਰਦ ਸਾਜੇ। ਅਤੇ ਬਾਬਾ ਕਬੀਰ ਕਹਿੰਦਾ ਇਹ ਵੱਖਰੇ ਵੱਖਰੇ ਨਹੀਂ, ਇਹ ਸਭ ਰੂਪ ਤੁਮਾਰੇ, ਬੋਲੋ ਭਲਾ। ਇੱਥੇ ਔਰਤ ਇੰਨੀਆਂ ਔਰਤਾਂ, ਵੇਖਿਆ ਸੀ ਸਾਡੀ ਕਿੱਡੀ ਗਰੀਬੀ ਆ, ਵੀ ਅਸੀਂ ਇੱਧਰ ਨੂੰ ਵੇਖਣਾ ਹੋਵੇ ਨਾ ਤਾਂ ਐਂ ਕਰਕੇ ਵਹਿੰਦੇ ਹਾਂ, ਵੀ ਲੁਕ ਕੇ ਵਹਿੰਦੇ ਹਾਂ, ਉਹਦਾ ਰੂਪ ਨਹੀਂ ਨਾ ਵੇਖਿਆ, ਇਹ ਨਹੀਂ ਵੇਖਿਆ ਜੋ ਦਿਸੇ ਸੋ ਤੇਰਾ ਰੂਪ। ਧੀ ਨੂੰ ਧੀ ਕਰਕੇ ਮੰਨਿਆ, ਔਰਤ ਨੂੰ ਔਰਤ ਕਰਕੇ ਮੰਨਿਆ, ਮਰਦ ਨੂੰ ਮਰਦ ਕਰਕੇ ਮੰਨਿਆ, ਅਤੇ ਚੋਰੀ ਵੇਖਿਆ, ਉਹਨੇ ਮਰਦ ਵੱਲ ਵੇਖਿਆ ਅਤੇ ਚੋਰੀ ਅੱਖ ਨਾਲ ਵੇਖਿਆ। ਨੋਟ ਕਰੋ, ਖੁੱਲ੍ਹ ਕੇ ਬੋਲੋ, ਔਰਤ ਨੇ ਮਰਦ ਵੱਲ ਵੇਖਿਆ ਅਤੇ ਚੋਰੀ ਅੱਖ ਨਾਲ ਵੇਖਿਆ, ਜਿਹੜਾ ਕੋਈ ਉਹਦਾ ਧਿਆਨ ਹੋਇਆ ਉਸ ਵੇਲੇ ਭੱਜ ਗਿਆ, ਇਹਨਾਂ ਵੱਲ ਵੇਖਿਆ ਦੇਵੀਆਂ ਵੱਲ, ਆਖੋ ਵਾਹਿਗੁਰੂ। ਅਤੇ ਇਹ ਸਰਦਾਰ ਦਾ ਚੋਰੀ ਕਰਨ ਦਾ ਇੱਕ ਨਵਾਂ ਤਰੀਕਾ, ਵੀ ਉੱਠੇ ਵੇਲੇ ਅੱਖ ਫੇਰ ਲਈ, ਜੇ ਕਿਤੇ ਵਹਿਨੋ ਇਹ ਸਭ ਰੂਪ ਤੁਮਾਰੇ। ਅਤੇ ਇਹਦੇ ਵਿੱਚੋਂ ਤੈਨੂੰ ਦੀਦਾਰ ਹੋ ਸਕਦੇ ਸੀ, ਜੈ ਦੇਖਾਂ ਤੈਂ ਸੋ,
ਇੱਕ ਵਾਰ ਦ੍ਰਿੜਤਾ ਨਾਲ ਆਖੋ, ਜੈ ਦੇਖਾਂ ਜੈ ਮਣੇ, ਜਿੱਥੇ ਵੀ ਇੱਧਰ ਵੇਖਾਂ ਉੱਧਰ ਵੇਖਾਂ ਤੇਰਾ ਹੀ ਰੂਪ ਬੈਠਾ ਹੈ। ਜਿੱਦਣ ਕਦੀ ਗੁਰੂ ਕੇ ਸਿੱਖੋ ਇਹ ਕਮਾਈ ਵੱਲ ਨੂੰ ਤੁਰੋਗੇ। ਅੱਗੇ ਇੱਕ ਸ਼ਬਦ ਬੜਾ ਪਿਆਰਾ ਦਾਸ ਦੀ ਰਸਨਾ ਤੋਂ ਗੁਰੂ ਨੇ ਬੋਲਿਆ, ਨੇਮੀ ਦੇ ਭਾਂਡੇ 'ਚ ਕੁਛ ਨਹੀਂ ਹੈਗਾ, ਰੋਜ਼ ਨੇਮ ਕਰਦਾ ਹੈ, ਅੱਖਾਂ ਖਾਲੀ ਨੇ, ਕਰਦਾਰ ਖਾਲੀ ਹੈ। ਆਖੋ ਵਾਹਿਗੁਰੂ, ਤੁਸੀਂ ਆਪਣੇ ਅੰਦਰ ਝਾਤੀ ਮਾਰੋ, ਤੁਸੀਂ ਨੇਮੀ ਹੋ ਕਿ ਪ੍ਰੇਮੀ ਹੋ? ਪ੍ਰੇਮ ਨਾਲ ਪੜ੍ਹਿਆ ਹੋਇਆ ਭਾਖਿਆ ਭਾਉ, ਅਪਾਰ ਨਾਲ ਪੜ੍ਹਿਆ ਹੋਇਆ ਜਪਜੀ ਸਾਹਿਬ, ਇੱਕ ਓਅੰਕਾਰ ਤੋਂ ਲੈ ਕੇ ਜਿੰਨੀ ਨਾਮ ਧਿਆਇਆ, ਗੈ ਮੁਸ਼ਕਤ ਕਾਲ ਨਾਨਕ ਤੇ ਮੁੱਖ। ਹਾਲੀ ਉਹਨੇ ਵੱਲ ਨਾ ਨਹੀਂ ਆਖਿਆ, ਸੱਚੀ ਮੁੱਚੀ ਇੱਕ ਓਅੰਕਾਰ ਤੋਂ ਪੜ੍ਹਨ ਵਾਲਾ ਜਦੋਂ ਇੱਥੇ ਪਹੁੰਚਦਾ ਤਾਂ ਮੂੰਹ ਕਾਲਕ ਸਾਰੀ ਧੁੱਪ ਜਾਂਦੀ ਅਤੇ ਉਜਲਾ ਚਿਹਰਾ ਹੋ ਜਾਂਦਾ ਹੈ, ਉਹਦਾ ਵਕਾਰਾਂ ਵੱਲੋਂ ਸਾਰੀ ਕਾਲਕ ਧੁੱਕ ਜਾਂਦੀ, ਜਿਹੜਾ ਜਪਜੀ ਨੂੰ ਪ੍ਰੇਮ ਨਾਲ ਪੜ੍ਹਦਾ ਹੈ। ਜਪਜੀ ਸਾਹਿਬ ਨੂੰ ਪ੍ਰੇਮ ਨਾਲ ਪੜ੍ਹਨ ਵਾਲੇ ਦਾ ਪਿੱਛੇ ਰਿਜ਼ਲਟ ਦਿੱਤਾ ਹੈ, ਜਿੰਨੀ ਨਾਮ 'ਤੇ ਆਇਆ ਗੈ ਮੁਸ਼ਕਤ ਕਾਲ ਉਸਕੇ ਮੂੰਹ ਡਿੱਠੇ। ਉਸਕੇ ਜਿੰਨੇ ਜਪਜੀ ਸਾਹਿਬ ਪੜ੍ਹਿਆ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ, ਉਹਦੇ ਦੀਦਾਰ ਕੀਤੇ ਸਾਰਿਆਂ ਪਾਪੀਆਂ ਦਾ ਭਲਾ ਹੋ ਗਿਆ, ਜਿਹਨੇ ਪ੍ਰੇਮ ਨਾਲ ਵਾਹਿਗੁਰੂ 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 ਪ੍ਰੇਮ ਨਾਲ ਜਪ ਦਿਓ ਵਾਹਿਗੁਰੂ 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 ਚੜ੍ਹ ਦਿਓ, ਚੜ੍ਹ ਦਿਓ ਸੁਰਤ ਨੂੰ, ਚੜ੍ਹ ਦਿਓ ਸੋ ਜੀਵਿਆ। ਐਸ ਘਰ ਚੋਂ ਨਾ ਇਹਨੂੰ ਤਾਂ ਆਖਿਆ ਮੇਰੇ ਮਨ ਪਰਦੇਸੀ ਵੇ ਪਿਆਰੇ, ਤਾਂ ਆਖਿਆ ਕੀ ਆਖਿਆ ਆਓ ਘਰੇ, ਤਾਂ ਕਿਹਾ ਵਾ ਵੀ ਇਹ ਘਰ 'ਚ ਨਹੀਂ ਨਾ ਵਿਚਾਰੇ ਨੂੰ, ਤਾਂ ਹੀ ਮਹਾਰਾਜ ਨੇ ਆਖਿਆ, ਬੈਠਾ ਗੁਰਦੁਆਰੇ ਆ ਫਿਰ ਕਿਤੇ ਰਿਹਾ, ਇਸ ਤਰ੍ਹਾਂ ਹੀ ਹੈ ਜੀ, ਬੋਲੋ 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 ਇਸ ਤਰ੍ਹਾਂ ਹੀ।
ਬੈਠਾ ਗੁਰਦੁਆਰੇ, ਸਰਦਾਰ ਯਾਤਰਾ ਕਿਤੇ ਦੀ ਕਰ ਰਿਹਾ, ਤਾਂ ਕਿਹਾ ਹੈ ਮੇਰੇ ਮਨ ਪਰਦੇਸੀ। ਪਰਦੇਸੀ ਦਾ ਮਤਲਬ ਕੀ? ਕੈਨੇਡਾ ਅਮਰੀਕਾ ਦਾ ਅਰਥ ਨਹੀਂ ਗਾ, ਇਹ ਮੇਰਾ ਦੇਸ਼ ਹੈ। ਨਹੀਂ ਪਤਾ ਲੱਗਾ ਇਹ ਸਰੀਰ ਮੇਰਾ, ਅਤੇ ਕਿਸੇ ਬਾਰੇ ਸੋਚਣਾ ਪਰਾਇਆ ਦੇਸ਼। ਇਹ ਸੋਚਦਾ ਵੀ ਪਤਾ ਨਹੀਂ ਪਰਦੇਸ ਕਿਤੇ ਕੈਨੇਡਾ ਜਾਣ ਨੂੰ ਕਹਿੰਦੇ, ਅਤੇ 24 ਘੰਟੇ ਅੰਧਲਾ ਨੀਚ। ਚੰਗੀ ਤਰ੍ਹਾਂ ਪੜ੍ਹੋ, ਇਹ ਮੇਰਾ ਮਨ ਅੰਨਾ ਨੀਚ ਅਤੇ ਜਾਤ ਪਰਦੇਸੀ। ਥੋੜ੍ਹਾ ਜਿਹਾ ਭਾਰ ਪਾਓ, ਜਾਤ ਜਾਤ ਆਕਾਸ਼ਟ ਸੰਧੂ ਸੰਧੂ ਜਾਂਦਾ ਹੈ, ਜਾਤ ਦਾ ਜੱਜੇ ਨੂੰ ਕਹਿੰਦਾ ਤਾਂ ਤੈਨੂੰ ਸਿਆਰੀ ਹੈ, ਜਾਂਦਾ ਰਹਿੰਦਾ ਏ ਕਿੱਥੇ ਕਿੱਥੇ, 24 ਘੰਟੇ ਆਪਣੇ ਸਰੀਰ 'ਚੋਂ ਨਿਕਲ ਕੇ ਆਪਣੇ ਦੇਸ਼ 'ਚੋਂ, ਅਤੇ ਲੋਕਾਂ ਬਾਰੇ ਭੱਜਦਾ ਫਿਰਦਾ, ਅਤੇ ਸਮਝ ਲਓ ਪ੍ਰਦੇਸ਼ਾਂ 'ਚ ਤੁਰਿਆ ਫਿਰਦਾ। ਕਿਤੇ ਗੁਰੂ ਦੀ ਥੋੜ੍ਹੀ ਜਿਹੀ ਕਿਰਪਾ ਹੁੰਦੀ, ਖੇਨੇ ਆਵੇ ਇੱਕ ਮਿੰਟ ਲਈ, ਚਲੋ ਘੇਰ ਘੂਰ ਕੇ ਲਿਆਂਦਾ, ਆਖਿਆ ਚੱਲ ਸੰਗਤ 'ਚ ਬੈਠਾ, ਮੁੜਿਆ ਬਈ ਕਿੱਥੇ ਤੁਰਿਆ ਫਿਰਦਾ, ਪਕੜੋ ਚੌਂਗੜਾ ਮਾਰੋ ਸੋਨੇ ਦੇ, ਕਿੱਥੇ ਤੁਰਿਆ ਫਿਰਦਾ। ਇੱਕ ਮਿੰਟ ਆਇਆ ਅਤੇ ਤਿਲ 'ਚ ਫਿਰ ਨਿਕਲ ਗਿਆ, ਖੇਨੇ ਆਵੇ ਤਿਲ ਤਿਲ ਮਾਤਰ ਜਮਨਾ ਸਮਾਂ ਬੈਠਾ ਭੱਜ ਗਿਆ, ਚੇਤਾ ਕਰਿਓ। ਅਤੇ ਹੁਣ ਇਹ ਜਿਹੜਾ ਮਨ ਇੱਕ ਥਾਂ 'ਤੇ ਨਹੀਂ ਬਹਿੰਦਾ, ਮੈਂ ਤਾਂ ਸੰਗਤ ਮਨ ਦੀ ਕਰਦਾ, ਗੁਰੂ ਦੀ ਤਾਂ ਕਰਦਾ ਹੀ ਨਹੀਂ। ਨੋਟ ਕਰਿਓ, ਥੋੜ੍ਹੇ ਗਹਿਰੇ ਸ਼ਬਦ ਨੇ, ਅੱਗੇ ਵੀ ਕਿਹਾ ਸਾਖੀਆਂ 'ਚੋਂ ਤੁਹਾਨੂੰ ਕੁਛ ਨਹੀਂ ਲੱਭਣਾ, ਆਖੋ ਵਾਹਿਗੁਰੂ। ਇਹ ਇੱਕ ਅੰਗ ਤੋਂ ਲੈ ਕੇ 1400 ਤੱਕ ਦੀ 30 ਤੱਕ ਦੀ ਜਿਹੜੀ ਬਾਣੀ ਹੈ ਮੇਰੇ ਸਾਹਿਬ ਦੀ, ਇਹ ਸੱਚੀ ਸਾਖੀ ਆ, ਇਹਦੇ ਵਿੱਚ ਅੰਮ੍ਰਿਤ ਹੈ, ਇਹਨੂੰ ਸੁਣੋ। ਇਹਦੇ ਨਾਲ ਤੁਹਾਡਾ ਅੰਦਰਲਾ ਦੀਵਾ ਜਗਣਾ ਹੈ, ਸਾਮੈ ਜੋਤ ਤਿਸਦੈ ਚਾਨਣ। ਮਗਰ ਉਹ ਜੋਤ ਮਹਾਰਾਜ ਜਗਣੀ ਕਿਸ ਤਰ੍ਹਾਂ ਹੈ? ਸਾਖੀ ਮੀਨਜ ਕੀ ਦੱਸਿਆ? ਸਿੱਖਿਆ, ਸੁਣੋ, ਅਤੇ ਸੁਣਨ ਤੋਂ ਬਾਅਦ ਆ ਮੰਨਣ ਦੀ ਗੱਲ। ਮੈਂ ਅੱਜ ਤੋਂ ਨਿੰਦਾ ਨਹੀਂ ਕਰਨੀ, ਬੁਝਿਆ ਦੀਵਾ ਜਗੂ, ਆਖੋ ਵਾਹਿਗੁਰੂ। ਮੈਂ ਅੱਜ ਤੋਂ ਨਿੰਦਿਆ ਨਹੀਂ ਕਰਨੀ, ਮੈਂ ਕਿਸੇ ਦਾ ਪੈਸਾ ਨਹੀਂ ਖਾਣਾ, ਮੈਂ ਕਿਸੇ ਦਾ ਰੂਪ ਨਹੀਂ ਵੇਖਣਾ, ਸੱਚੀ ਮੁੱਚੀ ਦੀਵਾ ਜਗਪੋ, ਗੁਰਸਾਖੀ ਜੋਤ। ਹੁਣ ਅੰਧਲਾ ਨੀਚ ਜਾਤ ਪਰਦੇਸੀ, ਅਤੇ ਇਹ ਮੇਰੀ ਜਿਹੜੀ ਆਦਤ ਆ, ਮੈਂ ਗੁਰੂ ਨਾਲ 24 ਘੰਟੇ ਨਹੀਂ ਰਹਿੰਦਾ। ਇੱਧਰ ਵੇਖ, ਮੇਰੀ ਸੁਰਤ 24 ਘੰਟੇ ਗੁਰੂ ਨਾਲ ਨਹੀਂ ਰਹਿੰਦੀ। ਜਦੋਂ ਗੱਲ ਕਰਦਾ ਕਹਿੰਦਾ ਮੇਰਾ ਮਨ ਕੀਤਾ, ਪਕੜੋ ਜੇ ਫੜ ਸਕਦਾ, ਕਰਨ ਮੇਰਾ ਮੇਰੇ ਮਨ ਨੇ ਇਸ ਤਰ੍ਹਾਂ ਕਿਹਾ, ਫਿਰ ਤੂੰ ਮਨ ਕੋਲ ਰਹਿੰਦਾ ਹੈ ਨਾ, ਜਿਹੜਾ ਅੰਧਲਾ ਅਤੇ ਨੀਚ ਜਾਤ ਪਰਦੇਸੀ ਆ, ਪਰਦੇਸਾਂ 'ਚ ਘੁੰਮਣ ਵਾਲਾ, 24 ਘੰਟੇ ਫਿਰ ਤੇਰੀ ਸੁਰਤ ਮਨ ਨਾਲ ਰਹਿੰਦੀ ਹੈ ਨਾ? ਨਹੀਂ, ਮਨ ਨਾਲ ਤੂੰ ਰਹਿੰਦਾ ਹੈ ਨਾ, ਜਿਹੜਾ ਖੇਡ ਆਵੇ। ਤਾਂ ਕਿ ਸੰਗਤ ਨਾਨਕ ਨਹੀਂ ਰਹਿੰਦਾ, ਨਾਨਕ ਸਾਹਿਬ ਕਹਿ ਰਿਹਾ ਵੀ ਇਹ ਜੀਵ
24 ਘੰਟੇ ਰਹਿੰਦਾ ਮਨ ਨਾਲ ਆ, ਜਿਹੜਾ ਅੰਨਾ ਵਾ ਨੀਚ ਆ ਪਰਦੇਸਾਂ 'ਚ ਭੱਜਾ ਫਿਰਦਾ ਏ, ਉਹਦੀ 24 ਘੰਟੇ ਇਹ ਸੰਗਤ ਵਿੱਚ ਰਹਿੰਦੀ ਆ ਮੇਰੀ ਜੀਵ ਆਤਮਾ। ਅਤੇ ਸਾਹਿਬ ਕਹਿੰਦੇ ਕਿਉਂ ਕਰ ਮੂੜਾ ਪਾਵੇ, ਉਸ ਰੱਬ ਨੂੰ ਕਿਤਨਾ ਪਾ ਸਕਦਾ ਮੂਰਖ। ਗੁਰੂ ਦੀ ਸੰਗਤ 'ਚ ਰਹਿੰਦਾ ਅਤੇ ਰੱਬ ਦੀ ਪ੍ਰਾਪਤੀ ਸੀ, ਅੱਖ ਵਾਹਿਗੁਰੂ, ਕਿਉਂਕਿ ਗੁਰੂ ਨੇ 24 ਘੰਟੇ ਕਹਿਣਾ ਸੀ ਆਹ ਨਹੀਂ ਕਰਨਾ। ਗੁਰੂ ਕੀ ਉਪਦੇਸ਼ ਦੇ ਕੇ ਕੀ ਕਹਿੰਦਾ, ਪਾਰ ਬ੍ਰਹਮ ਨਿਕਟ ਕਰ ਫੇਖ, ਪੂਰੇ ਗੁਰ ਕਾ ਸੁਣ ਅਤੇ ਪਾਰ ਬ੍ਰਹਮ। ਇਹ ਕਹਿੰਦਾ ਕਿਹੜਾ ਕੋਲ ਬੈਠਾ ਹੈ, ਮਨ ਇਹ ਕਹਿੰਦਾ ਹੈ, ਗੁਰੂ ਕਹਿੰਦਾ 24 ਘੰਟੇ ਨਾਲ ਆ, ਸੋ ਸਤਿਗੁਰ ਪਿਆਰਾ ਮੇਰੇ, ਇਹ ਗੁਰੂ ਕਹਿੰਦਾ ਹੈ। ਅਤੇ ਗੁਰੂ ਦੀ ਸੰਗਤ ਨਹੀਂ ਹੈ ਜੀਵਾਤਮਾ ਕਰਦੀ, ਆਖੋ ਵਾਹਿਗੁਰੂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਅਤੇ ਆਖਿਆ ਮਹਾਰਾਜ ਦੁਨੀਆ, ਇਹਨੂੰ ਬਾਣੀ ਨੇ ਇਸ ਤਰ੍ਹਾਂ ਲਿਖਿਆ ਭਾਈ ਸਾਹਿਬ ਜੀ ਵੀ ਮ੍ਰਿਤ ਮੰਡਲ ਜੱਗ ਸਾਜਿਆ, ਇਹ ਮ੍ਰਿਤ ਮੰਡਲ ਜਗਤ ਆ, ਇਹ ਸਾਜਿਆ ਵਾ ਕਿਤਨਾ, ਜਿਉਂ ਬਾਲੂ ਘਰ ਬਾਹਰ, ਜਿਉਂ ਬਾਲੂ, ਬਾਲੂ ਮੀਨ ਜਿਤਨਾ ਰੇਤ ਦੇ ਕਿਸੇ ਨੇ ਘਰ ਬਣਾਏ ਹੋਣ, ਇਹ ਦੁਨੀਆ ਰੇਤ ਦੀ ਬਣੀ। ਜੱਗ ਰਚਨਾ ਜਾਣ ਲਿਓ, ਕਹਿ ਨਾਨਕ ਥਿਰ ਨਾ ਰਹਿ। ਅੱਗੇ ਪੜ੍ਹੋ, ਇੱਥੇ ਵੀ ਬਾਲੂ ਦੀ ਗੱਲ ਕੀਤੀ, ਜਿਉਂ ਬਾਲੂ ਘਰ ਬਾਰ ਬਿਨਸਤ ਬਾਰ ਨਾ ਲੱਗਈ, ਇੰਨਾ ਚਿਰ ਵੀ ਨਹੀਂ ਲੱਗਦਾ, ਚੰਗਾ ਭਲਾ ਸੀ, ਚੰਗਾ ਭਲਾ ਸੀ ਤੁਰਿਆ ਫਿਰਦਾ, ਕੀ ਹੋਇਆ ਜੀ, ਉਹਨਾਂ ਦਾ ਤਾਂ ਕੱਲ੍ਹ ਭੋਗ ਵੀ ਪੈ ਗਿਆ ਜੀ, ਕਰੋਨਾ ਹੋ ਗਿਆ ਸੀ, ਰੇਤ ਦੀ ਦੀਵਾਰ ਸੀ ਟੁੱਟ ਗਈ। ਆਖੋ ਵਾਹਿਗੁਰੂ, ਜਿਹੜਾ ਨਾਮ ਜਪਣ ਲੱਗ ਪੈਂਦਾ ਸੇ ਅਸਥਿਰ ਜਗ ਰਿਹਾ, ਨਹੀਂ ਸੇ ਉਹ ਨਹੀਂ ਕਿਤੇ ਗਿਆ, ਕਿਉਂ ਉਹਦਾ ਘਰ ਬੜਾ ਪੱਕਾ ਹੈ, ਘਰ ਬੰਦੋ ਰੇਤ ਦਾ ਨਹੀਂ। ਮੇਰਾ ਬਾਬਾ ਕਹਿੰਦਾ ਜੀ, ਆਉਂਦੀ ਬਾਣੀ ਹੈ ਗੌੜੀ ਰਾਗ 'ਚ, ਘਰ ਬੰਦੋ ਸੱਚ ਧਰਮ ਦਾ, ਬੋਲੋ ਹਾਂ, ਰੇਤ ਦਾ ਨਹੀਂ ਸੱਚ ਧਰਮ ਕਾ, ਗੱਡ ਥੰਮ ਹੱਲੇ, ਚਾਰ ਕੁਰਹਿਤਾਂ ਕਰਨੀਆਂ ਛੱਡ ਦਿਉ, ਸਮਝ ਲਓ ਇਹ ਚਾਰ ਪਿਲਰ ਆ ਗਏ ਉਸ ਘਰ ਦੇ ਥੱਲੇ, ਜਿਹੜਾ ਘਰ ਬਣਾਉਣ ਨੂੰ ਗੁਰੂ ਕਹਿ ਰਿਹਾ ਨਾ, ਘਰ ਬੰਧੋ ਸੱਚ ਧਰਮ ਦਾ ਕਾ ਗੱਡ ਥੰਮ ਹੱਲੇ, ਮੀਨ ਨਾ ਹਿੱਲਣ ਵਾਲੇ, ਜਿਹੜੀਆਂ ਚਾਰ ਕੁਰਹਿਤਾਂ ਨਹੀਂ ਨਾ ਕਰ ਰਹੀਆਂ, ਸਮਝ ਲਓ ਸਿੱਖ ਦਾ ਘਰ ਕੋਈ ਤੂਫਾਨ ਕੋਈ ਹਨੇਰੀ ਢਾ ਹੀ ਨਹੀਂ ਸਕਦੀ, ਜੇ ਆਪਣੇ ਗੁਰੂ ਦਾ ਗੱਲ ਮੰਨ ਲੈ। ਆਖੋ ਵਾਹਿਗੁਰੂ, ਵੀ ਅੱਜ ਤੋਂ ਤੂੰ ਆਹ ਕੰਮ ਨਹੀਂ ਕਰਨਾ, ਜਿਹੜੇ ਚਾਰ ਪੰਜਾਂ ਪਿਆਰਿਆਂ ਨੇ ਗੱਲਾਂ ਕਹੀਆਂ ਉਹਨੂੰ ਚੇਤੇ ਰੱਖ ਲੈ, ਇਹ ਪਿਲਰ ਬਣਾ ਕੇ ਉੱਤੇ ਛੱਤ ਪਾ ਦੇ, ਉਹ ਘਰ ਕਦੀ ਢੱਠਦਾ ਨਹੀਂ। ਜੋ ਨਾ ਢਹੰਦੋ ਮੂਲ, ਬੋਲੋ ਕਿਸੇ ਨੂੰ ਆਉਂਦੀ ਸੀ, ਸੋ ਘਰ ਰਾਸ ਕਰ। ਚਲੋ ਆਪਾਂ ਅਖੰਡ ਪਾਠ ਸਾਹਿਬ ਦੀ ਸੇਵਾ ਕਰਦੇ ਹਾਂ, ਸਾਡੀ ਝੋਲੀ 'ਚ ਇੰਨਾ ਹੀ ਰੱਬ ਨੇ ਜ਼ਬਾਨੀ ਕਰਾ ਦਿੱਤਾ, ਕਦੀ ਅਮਲ ਵੀ ਕਰਾ ਲਓ। ਅਖੰਡ ਪਾਠ ਸਾਹਿਬ ਕਰਨ ਵਾਲਾ ਕਿਤੇ ਇਸ ਪਰਉਪਕਾਰ ਨਾਲ ਬਾਣੀ ਪੜ੍ਹੇ ਨਾ, ਵੀ ਮੈਂ ਬਾਣੀ ਨੂੰ ਗੁਰੂ ਕਰਕੇ ਪੜ੍ਹਨਾ, ਅਤੇ ਬਾਣੀ ਕੰਠ ਹੋ ਜਾਏ ਅਖੰਡ ਪਾਠ ਸਾਹਿਬ ਵਾਲੇ ਨੂੰ, ਜਿਹੜੀ ਭੇਟਾ ਲਈ ਉਹ ਤਾਂ ਨਿੱਕੀ ਜਿਹੀ ਤੁਸ਼ ਜੀ ਆ, ਆਹ ਬੜੀ ਝੋਲੀ ਭਰਦੀ ਆ। ਜਿਹੜਾ ਅਖੰਡ ਪਾਠ ਸਾਹਿਬ ਰੋਜ਼ ਕਰਦਾ ਉਹਨੂੰ ਬਾਣੀ ਕੰਠ ਹੋ ਗਈ, ਇਹ ਸਭ ਤੋਂ ਵੱਡਾ ਧਨ ਝੋਲੀ 'ਚ ਆ ਗਿਆ, ਇਹਦੇ ਤੋਂ ਵੱਡਾ ਕੋਈ ਧਨ ਨਹੀਂ ਜਿਹਨੂੰ ਬਾਣੀ ਕੰਠਿਆ। ਭਾਈ ਸਾਹਿਬ ਪੜ੍ਹਦੇ ਨੇ, ਰਾਗੀ ਸਾਹਿਬ ਪੜ੍ਹਦੇ, ਜੋ ਨਾ ਢਹੰਦੋ ਮੂਲ, ਬੋਲੋ ਹਾਂ, ਜਿਹੜਾ ਘਰ ਕਦੀ ਮੂਲੋਂ ਹੀ ਢਹਿੰਦਾ, ਸੋ ਘਰ ਰਾਸ ਕਰ, ਉਹ ਘਰ ਬਣਾ। ਅਸੀਂ ਜਿਹੜੇ ਘਰਾਂ 'ਚ ਬੈਠੇ ਹਾਂ ਇਹ ਰੇਤ ਦੇ ਦੀਵਾਰ ਆ, ਰੇਤ ਦੇ ਘਰ ਨੇ। ਆਖੋ ਵਾਹਿਗੁਰੂ, ਜਿਉਂ ਬਾਲੂ
ਘਰ ਬਾਰ ਬਿਨਸਤ ਬਾਰ ਨਾ ਲੱਗੀ। ਅੱਗੇ ਪ੍ਰਮਾਣ ਬੜਾ ਸੁੰਦਰ, ਜਿਉਂ ਕਾਗਦ ਬੁੰਦਾਰ, ਜਿਉਂ ਅਰਥ ਕਰ ਲੋਗੇ, ਕਾਣੀ ਕਾਗਜ਼ ਦੇ ਉੱਤੇ ਪਾਣੀ ਦੀ ਬੂੰਦ ਪਈ ਅਤੇ ਉਸੇ ਮਿੰਟ ਹੀ ਗਲ ਗਿਆ। ਇਹ ਸਾਡਾ ਸਾਰਾ ਵਿਖਾਵਾ ਜਿੰਨਾ ਹੈ ਨਾ, ਇਹ ਕਾਗਜ਼ 'ਤੇ ਜਿਸ ਤਰ੍ਹਾਂ ਪਾਣੀ ਦੀ ਬੂੰਦ ਪੈ ਜਾਵੇ ਅਤੇ ਗਲ ਜਾਂਦਾ ਅਤੇ ਕੁਛ ਵੀ ਨਹੀਂ ਨਾ ਰਹਿੰਦਾ, ਇਹ ਉਹ ਕੁਝ ਹੈ। ਚੰਗੀ ਤਰ੍ਹਾਂ ਸਿਰ ਹਿਲਾ ਕੇ ਸਵਾਦ ਲੈ ਕੇ ਨਾ ਚੱਲਿਓ, ਮਹਿਸੂਸ ਕਰੋ ਵੀ ਜਿਹਨੂੰ ਮੈਂ ਘਰ ਮੰਨ ਕੇ ਬੈਠਾਂ ਇਹਦੀ ਕਰਤੂਤ ਇੱਕ ਕਾਗਜ਼ ਵਰਗੀ ਹੈ ਜਿਹਦੇ ਉੱਤੇ ਇੱਕ ਬੂੰਦ ਪਈ ਅਤੇ ਇਹਦੀ ਕੋਈ ਹੋਂਦ ਨਹੀਂ ਰਹਿਣੀ। ਆਖੋ ਵਾਹਿਗੁਰੂ। ਅਤੇ ਮੇਰਾ ਬਾਬਾ ਫਿਰ ਪੰਜਵਾਂ ਪਾਤਸ਼ਾਹ ਥੋੜ੍ਹਾ ਜਿਹਾ ਹੋਰ ਅੱਗੇ ਖੜ ਕੇ ਕਹਿੰਦਾ, ਕਹਾਂ ਸੋ ਭਾਈ ਮੀਤ ਹੈ, ਕਿੱਥੇ ਗਈ, ਕੌਣ ਕੌਣ, ਭਰਾ ਅਤੇ ਮਿੱਤਰ ਉਹ ਜਿਹਨਾਂ ਨੂੰ ਬਣਾ ਕੇ ਬੈਠਾ ਹੈ ਮ੍ਰਿਤ ਮੰਡਲ ਵਿੱਚ, ਜਿਹਨਾਂ ਨੂੰ ਕਹਿੰਦਾ ਇੰਨੇ ਮੇਰੇ ਭਰਾ ਨੇ, ਇੰਨੇ ਮੇਰੇ ਮਿੱਤਰ ਨੇ। ਆਉਂਦਾ ਸੀ ਕਿ ਨਹੀਂ, ਹੁਣ ਵੀ ਲਿਸਟ ਵੇਖੋ ਵਿਆਹ 'ਤੇ ਜਿਸ ਦਿਨ ਤੁਸੀਂ ਕਦੀ ਆਪਣੇ ਬੱਚਿਆਂ ਨੂੰ ਦੇ ਵਿਆਹ ਦੇ ਉੱਤੇ ਕਿਸੇ ਨੂੰ ਇਨਵਾਈਟ ਕਰਦੇ ਹੋ ਅਤੇ ਸਾਰਾ ਟੱਬਰ ਬਹਿ ਕੇ ਕਹਿੰਦੇ ਹੋ ਆਪਣੇ ਫਰੈਂਡਸ ਦੀ ਇੱਕ ਲਿਸਟ ਬਣਾਈ ਹੈ, ਕਹਿੰਦੇ ਹੋ ਕਿ ਨਹੀਂ, ਉਸ ਤਰ੍ਹਾਂ ਕਹਿੰਦੇ ਤੂੰ ਮੇਰਾ ਮੀਤ ਹੈ, ਆਦ ਅੰਤ ਪ੍ਰਭ ਸਦਾ ਸਹਾਈ ਧੰਨ ਕਹਿੰਦੇ ਹੋ, ਮਗਰ ਜਦੋਂ ਕਾਰਡ 'ਤੇ ਲਿਖਣਾ ਨਹੀਂ, ਕਾਰਡ ਜਦੋਂ ਛਾਪਣੇ ਆ ਵੀ ਮੈਂ ਮਿੱਤਰਾਂ ਦੀ ਕੀ ਬਣਾਉਣ ਲੱਗਾ, ਅਤੇ ਸਭ ਤੋਂ ਪਹਿਲਾਂ ਪੈਸੇ ਵਾਲੇ ਦਾ ਨਾਂ ਲਿਖੋਗੇ, ਅਫੀਸਰ ਦਾ ਨਾਂ ਲਿਖੋਗੇ, ਉਹ ਮੇਰੇ ਵਿਆਹ ਦੇ ਵਿੱਚ ਆਇਆ ਸੋਹਣਾ ਲੱਗੂ, ਮੇਰੀ ਉਹ ਧੀਓ ਆਹ ਮਿੱਤਰ ਆ। ਸਭ ਤੋਂ ਪਹਿਲਾਂ ਕਿਤੇ ਕਾਰਡ ਲਿਖ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ, ਅਤੇ ਕਾਰਡ ਲਿਖ ਕੇ ਕਹਿੰਦੇ ਹੋ ਪਿਤਾ ਜੀ ਹੋਰ ਕੋਈ ਆਵੇ ਨਾ ਆਵੇ ਤੁਸੀਂ ਮੇਰੀ ਧੀ ਦੇ ਵਿਆਹ 'ਚ ਜ਼ਰੂਰ ਆਇਓ, ਅਤੇ ਸੱਚੀ ਮੁੱਚੀ ਸੰਤਾਂ ਕੇ ਕਾਰਜ ਤੇਰੇ ਸਾਰੇ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ। ਆਉਂਦਾ ਅਫੀਸਰ 'ਤੇ ਕਹਿ ਦੂਗਾ ਵੀ ਮੇਰੀ ਡਿਊਟੀ ਲੱਗੀ ਸੀ, ਨਹੀਂ ਪਤਾ ਲੱਗਾ, ਇੱਕ ਅਫੀਸਰ 'ਤੇ ਕਹਿ ਦੂ ਵੀ ਮੇਰੀ, ਅਤੇ ਮੇਰੇ ਕੋਲੋਂ ਵੀਰ ਜੀ ਸੋਰੀ ਆਇਆ ਨਹੀਂ ਗਿਆ, ਇੰਨੇ ਸੋਰੀ ਨਹੀਂ ਉਹ ਕਹਿਣਾ, ਤੂੰ ਇੱਕ ਵਾਰ ਯਾਦ 'ਤੇ ਕਰਕੇ ਵੇਖ ਜਿਹਨੇ ਤੋਂ ਇਹ ਧਿਆਇਓ ਤਿੰਨ ਪੂਰਨ ਪ੍ਰਤਾਪ ਪਾਇਓ, ਪੂਰਨ ਪ੍ਰਤਾਪ ਨਾਲ ਝੋਲੀਆਂ ਭਰੀਆਂ ਜਿਹਨੇ ਵਾਹਿਗੁਰੂ 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 ਤਗੜੇ ਹੋ ਤਗੜੇ, ਵਾਹਿਗੁਰੂ ਮੂੰਹ ਚੋਂ ਕਹੋ ਕੰਨਾਂ ਤੋਂ ਸੁਣੋ, ਇੱਕੋ ਵਾਰ ਹੀ ਬਹੁਤ ਹੈ, ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ। ਉਹ ਜਿਹੜੀ ਬਾਲੂ ਦੀ ਦੁਨੀਆ ਬਣਾਈ ਆ, ਰੇਤ ਦੀਆਂ ਦੀਵਾਰਾਂ ਦੇ ਘਰ ਬਣਾਏ, ਸਭ ਕਹਿੰਦੇ ਇਹ ਜਿਹੜੇ ਤੇਰੇ ਭੈਣ ਭਰਾ ਸੱਜਣ ਮਿੱਤਰ ਆ, ਕਹਾਂ ਸੋ ਭਾਈ ਮੀਤ ਹੈ, ਹੁਣ ਤਾਂ ਤੇਰੀਆਂ ਅੱਖਾਂ ਹੀ ਮੀਟੀਆਂ ਗਈਆਂ। ਮੇਰਾ ਬਾਬਾ ਕਹਿੰਦਾ ਕਿਤੇ ਤੇਰੀਆਂ ਅੱਖਾਂ ਖੁੱਲ੍ਹਣ ਅਤੇ ਵੇਖ, ਜਿਹਨਾਂ ਨੂੰ ਭਰਾ ਕਹਿੰਦਾ ਸੈਂ ਕੋਈ ਵੀ ਨਹੀਂ ਉੱਥੇ ਖਲੋਤਾ, ਦੇਖ ਨੈਣ ਪਸਾਰ, ਪਤਾ ਲੱਗਾ ਜੀ ਬੋਲੋ,
ਪੰਜਵਾਂ ਪਾਤਸ਼ਾਹ ਕਹਿ ਰਿਹਾ ਅੱਖਾਂ ਖੋਲ ਕੇ ਵੇਖ ਕਿੱਥੇ ਚਲੇ ਗਏ ਤੇਰੇ ਭੈਣ ਭਰਾ, ਇਹ ਜਿਹੜੀਆਂ ਰੇਤ ਦੀਆਂ ਦੀਵਾਰਾਂ ਦੇ ਘਰ ਬਣਾਏ ਸੀ ਇਹ ਕਿੱਥੇ ਚਲੇ ਗਏ? ਆਖਿਆ ਜੀ ਕਿੱਧਰ ਚਲੇ ਗਏ? ਕਿਤੇ ਅੱਖਾਂ ਮੀਟ ਕੇ ਵੇਖ, ਇੱਕ ਚਾਲੇ ਇੱਕ ਇੱਕ ਚਾਲਸੇ, ਸਭ ਆਪਣੀ ਵਾਰ ਆਪਣੀ ਆਪਣੀ ਵਾਰੀ 'ਤੇ ਸਾਰੇ ਹੀ ਤੁਰ ਗਏ ਨੇ। ਕਿਹਨੂੰ ਪਿਆਰ ਕਰ ਰਿਹਾ? ਉੱਠ, ਜਿਉਂਦਾ ਉਹ ਹੋਊਗਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਜੀਵਤ ਭੈ, ਜੀਵਤ ਭੈ ਜਿਹ ਜੀਵਤ ਜਪਿਆ। ਬੋਲੋ, ਮੈਂ ਅੱਜ ਦੇ ਫਿਰ ਸ਼ਬਦੀ ਵਿਚਾਰ ਕਰਨਾ, ਜੀਵਤ ਭੈ ਉਹ ਜਿਉਂਦੇ ਹੋ ਗਏ ਜਿਹਨਾਂ ਨੇ, ਅਤੇ ਜਿਹੜੇ ਮਰਿਆਂ ਨੂੰ ਜਪਣ ਡੇ ਉਹ ਜਿਹੜੇ ਮਹਾਂਪੁਰਸ਼ਾਂ ਕੋਲ ਤੁਸੀਂ ਜਾਂਦੇ ਹੋ ਨਾ ਜੀ, ਉਹ ਕਿੱਥੇ ਨੇ ਹੁਣ? ਕਹਿੰਦੇ ਜੀ ਮਰ ਗਏ, ਨਹੀਂ ਪਤਾ ਲੱਗਾ, ਨਹੀਂ ਪਤਾ ਲੱਗਾ। ਜਿਹਨਾਂ ਦੇ ਡੇਰੇ 'ਤੇ ਤੁਸੀਂ ਜਾਂਦੇ ਹੋ, ਜਿਹਨਾਂ ਨਾਲ ਤੁਸੀਂ ਜੁੜੇ ਹੋ ਜੀ, ਉਹ ਹੁਣ ਕਿੱਥੇ ਨੇ? ਕੀ ਜਵਾਬ ਆਊ? ਬੋਲੋ। ਅਤੇ ਮਰਿਆਂ ਦੇ ਕੋਲ ਜਾ ਕੇ ਤੁਸੀਂ ਜਿਉਂਦੇ ਨਹੀਂ ਹੋ ਸਕਦੇ, ਇਹਦੇ ਕੋਲ ਆਓ। ਇਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਇਹ ਮੇਰਾ ਸਤਿਗੁਰੂ ਸੰਦੀਪ ਰਹਿਣ ਵਾਲਾ ਹੈ। ਇਹਦੇ ਕੋਲ ਜਦੋਂ ਸਾਡੀ ਸੁਰਤ ਆਊਗੀ ਸ਼ਬਦ ਕੋਲ, ਅਤੇ ਸ਼ਬਦ ਸੰਦੀਪ ਜਿਉਂਦਾ ਹੈ ਅਤੇ ਸਾਨੂੰ ਵੀ ਜੀਵਤ ਪਏ। ਬੋਲੋ, ਮਤਲਬ ਜਿਉਂਦੇ ਹੋ ਗਏ ਕੌਣ? ਜਿਹ ਜੀਵਤ ਜਪਿਆ, ਜਿਨ੍ਹਾਂ ਨੇ ਸੰਦੀਪ ਕਾਲ ਲਈ ਜਿਉਂਦੇ ਮੇਰੇ ਸਤਿਗੁਰੂ ਨੂੰ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਅੱਜ ਵਾਲਾ ਨਾਵੇਂ ਪਾਤਸ਼ਾਹ ਦਾ ਬਚਨ, ਇਹ ਗੱਲ ਆ ਗਈ ਸਮਝ 'ਚ ਵੀ ਜੇ ਜਿਉਂਦੇ ਹੋਣਾ ਹੈ ਤੇ ਜਿਉਂਦੇ ਨੂੰ ਜਪਣਾ ਪੈਣਾ, ਜਿਉਂਦੇ ਨੂੰ ਜਪਣਾ ਪੈਣਾ। ਜਿਉਂਦਾ ਕੌਣ ਆ? ਗੁਰੂ ਗ੍ਰੰਥ ਸਾਹਿਬ ਜੀ। ਇਹਦੇ ਤੋਂ ਇਲਾਵਾ ਜੋ ਆਇਆ ਸੋ ਚੱਲ ਸੀ। ਅੱਜ ਵਾਲੇ ਬਚਨ ਦੂਸਰਾ ਗੌੜੀ ਰਾਗ ਦਾ ਬਚਨ, ਰਚਨਾ ਰਾਮ ਬਣਾਈ ਸਾਧੋ, ਰਚਨਾ ਰਾਮ ਬਣਾਈ, ਰਚਨਾ ਰਚਨਾ ਰਾਮ ਬਣਾਈ ਸਾਧੋ, ਰਚਨਾ ਰਾਮ ਬਣਾਈ, ਰਚਨਾ ਇਸ ਰਚਨਾ ਵਿੱਚ ਇੱਕ ਉਹ ਨੇ ਜਿਹੜੇ ਆਉਂਦੇ ਅਤੇ ਬਿਨਸ ਜਾਂਦੇ, ਧਿਆਨ ਦਿਓ, ਆਉਂਦੇ ਆ
ਚਲੇ ਜਾਂਦੇ। ਇੱਥੇ ਕਹਿੰਦੇ ਇੱਕ ਬਿਨਸੈ, ਇੱਕ ਬਿਨਸੇ ਮਨੇ ਖਤਮ ਹੋ ਜਾਂਦੇ, ਇੱਕ ਅਸਥਿਰ ਮਨ ਹੈ, ਇੱਕ ਕਹਿੰਦਾ ਵਾ ਇਹ ਦੁਨੀਆ ਜਿਹੜੀ ਆ ਇਹ ਬਿਨਸ ਜਾਣ ਵਾਲੀ ਆ, ਇੱਕ ਕਹਿੰਦਾ ਨਹੀਂ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ ਰਾਮ ਕੀ ਦੁਹਾਈ। ਬੇਣੀ ਕਹਿੰਦਾ ਉਹਨੂੰ ਪਤਾ ਲੱਗਿਆ ਵੀ ਕੋਈ ਵੀ ਕੁਛ ਆਉਂਦਾ ਨਹੀਂ ਅਤੇ ਕੁਛ ਵੀ ਇਹ ਕਿਸੇ ਨੂੰ ਪਤਾ ਲੱਗਾ ਹੈ। ਤੁਸੀਂ ਤਾਂ ਮੈਂ ਦੋ ਸ਼ਬਦ ਢੋ ਰਹੇ ਹਾਂ, ਜੰਮਣਾ ਅਤੇ ਪੰਜਵੇਂ ਪਾਤਸ਼ਾਹ ਦੀ ਸੁਖਮਨੀ ਰੋਜ਼ ਪੜ੍ਹਨ ਵਾਲਾ ਵੀ ਜੰਮਣ ਮਰਨ ਦੇ ਚੱਕਰ 'ਚ ਪਿਆ ਵਾ, ਮੈਂ ਜੰਮ ਪਿਆ ਵਾ ਮਰ ਗਿਆ, ਉੱਥੇ ਮੇਰੇ ਸਾਹਿਬ ਕਹਿੰਦੇ ਨੈ ਕਿਛ ਜਨਮੇ, ਉੱਚੀ ਬੋਲੋ, ਇਹ ਪੜ੍ਹਨ ਨੂੰ ਹੀ ਸੀ, ਇਹ ਪੜ੍ਹਨ ਨੂੰ ਹੀ ਸੀ। ਇਹਦੇ ਵਿੱਚੋਂ ਕੀ ਪੀਣਾ ਸੀ? ਬਾਬਾ ਅਜੀਤ ਸਿੰਘ ਸਾਹਿਬ ਨੂੰ ਦਸ ਲੱਖ ਦੇ ਘੇਰੇ 'ਚ ਭੇਜਣ ਲੱਗੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲੇਜੇ ਨਾਲ ਲਾ ਕੇ ਨੇਤਰਾਂ 'ਚ ਨੇਤਰ ਪਾ ਕੇ ਆਖਿਆ ਪੁੱਤ ਜੰਮਣਾ ਅਤੇ ਮਰਨਾ ਆਵਣ ਜਾਣ ਇੱਕ ਖੇਲ ਬਣਾਇਆ, ਬੋਲੋ ਭਲਾ, ਅਤੇ ਤੂੰ ਪੜ੍ਹਿਆ ਜਾਪ ਸਾਹਿਬ? ਨਹੀਂ ਪਤਾ, ਤੂੰ ਪੜ੍ਹਿਆ? ਉਹਦੇ 'ਚ ਇੱਕ ਮੈਂ ਨਵੀਂ ਗੱਲ ਜਿਹੜੀ ਦੁਨੀਆ 'ਚ ਕਿਸੇ ਨੇ ਨਹੀਂ ਕਹੀ ਮੇਰੇ ਕੋਲੋਂ ਰੱਬ ਨੇ ਕਹਾਈ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਭਾਈ ਸਾਹਿਬ ਚੇਤਾ ਰੱਖੋ ਮੈਂ ਕੀ ਕਹਿ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਵੀ ਇਹ ਦੁਨੀਆ ਇੱਕ ਖੇਲ ਆ ਪੁੱਤਰਾ, ਅਤੇ ਤੁਹਾਨੂੰ ਮੈਂ ਇੱਕ ਨਵੀਂ ਗੱਲ ਦੱਸੀ ਅਖੇਲ, ਬੋਲੋ ਭਲਾ, ਅਖੇਲ ਦਾ ਮਤਲਬ ਖੇਲ। ਇੱਕ ਵਾਰ ਜਦੋਂ ਖੇਲ ਪੜ੍ਹਦੇ ਹੋ ਚੰਗੀ ਤਰ੍ਹਾਂ ਚੇਤਾ ਕਰਿਓ, ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਥੋੜ੍ਹਾ ਰਸ ਪੀਂਦੀਆਂ ਬਾਣੀ ਦਾ, ਇੱਕ ਵਾਰ ਜਦੋਂ ਪਹਿਲੀ ਵਾਰ ਖੇਲ ਲਿਖਿਆ ਉਹਦਾ ਮਤਲਬ ਹੈ ਗੇਮ, ਜੇਕੋ ਕਿਸੇ ਗੇਮ ਨੂੰ ਕਹਿੰਦੇ ਖੇਲ ਦਾ ਮੈਦਾਨ, ਖੇਡਣ ਦਾ ਮੈਦਾਨ। ਅਗਲੇ ਜਦੋਂ ਖੇਲ ਲਿਖੋਗੇ ਨਵੇਂ ਗੁੜਕਿਆਂ 'ਚੋਂ ਵੀ ਕਈ ਥਾਂ ਗਾਇਬ ਕਰਦਾ, ਪਾਠ ਬਦਲੇ ਜਾ ਰਹੇ ਆ, ਸਾਡੀਆਂ ਬਾਣੀਆਂ ਸ਼ਾਦਸ਼ਾਂ ਹੋ ਰਹੀਆਂ, ਅੱਖ ਵਾਹਿਗੁਰੂ, ਅੱਗੇ ਲਿਖਿਆ ਖੱਖੇ ਦੇ ਉੱਤੇ ਲਾਂ ਅਤੇ ਲੱਲੇ ਨੂੰ ਸਿਆਰੀ, ਚੰਗੀ ਤਰ੍ਹਾਂ ਵੇਖਿਓ ਇਹਦਾ ਮਤਲਬ ਖੇਲ ਖੇਲ ਕੇ, ਖੇਲ ਖੇਲ ਕੇ। ਅਤੇ ਵੇਖਿਆ ਲੋਕਾਂ ਨੇ, ਲੋਕਾਂ ਵੇਖਿਆ ਵੀ ਅਜੀਤ ਸਿੰਘ ਤਲਵਾਰ ਵਾਹ ਰਿਹਾ ਬਾਬਾ, ਲੋਕਾਂ ਵੇਖਿਆ ਵੀ ਬਾਬਾ ਅਜੀਤ ਸਿੰਘ ਘੋੜੇ 'ਤੇ ਚੜ੍ਹ ਕੇ ਲੜ ਰਿਹਾ ਹੈ, ਮਗਰ ਉਹ ਅਖੇਲ ਹੈ। ਅਕਾਲ ਪੁਰਖ ਕੀ ਹੈ? ਅੰਤ ਕੋ ਫਿਰ ਏਕ, ਖੇਲ ਸਾਰੇ ਖੇਡ ਕੇ ਅਤੇ ਦਸ ਲੱਖ ਵਿੱਚੋਂ ਲੜ ਕੇ ਵੀ ਉਹ ਜਿਹੜਾ ਇੱਕ ਸੀ ਨਾ ਉਹ ਦਸ ਲੱਖ ਮੈਦਾਨ ਦੇ ਵਿੱਚੋਂ ਫਿਰ ਤਾੜੀ ਮਾਰ ਕੇ ਨਿਕਲ ਗਿਆ, ਖੇਲਿਆ ਸਾਰਿਆਂ ਦੇ ਵਿੱਚੋਂ ਆ ਵੀ ਨਹੀਂ ਪਤਾ ਲੱਗਾ, ਬਰੀਕ ਨੇ ਥੋੜ੍ਹੇ ਜਿਹੇ ਖੇਲਿਆ ਸਾਰਿਆਂ ਦੇ ਵਿੱਚੋਂ। ਅਜੀਤ ਸਿੰਘ ਦੇ ਵਿੱਚ ਵੀ ਉਹਦੀ ਅਸੀਸ ਖੇਲੀ, ਜੁਝਾਰ ਸਿੰਘ ਦੇ ਅੰਦਰ ਵੀ ਉਹਦੀ ਅਸੀਸ ਖੇਡੀ, ਮਾਂ ਸਿੰਘ ਦੇ ਅੰਦਰ ਜਿੰਨੇ ਸਿੰਘ ਗੁਰੂ ਕੇ ਸ਼ਹੀਦ ਹੋਏ ਉਹਨਾਂ ਦੇ ਵਿੱਚ ਲੜਿਆ ਉਹ ਆਪ ਹੀ, ਮਗਰ ਲੜਦਾ ਲੜਦਾ ਮਾਛੀਵਾੜੇ ਦੇ ਜੰਗਲ 'ਚ ਜਾ ਬੈਠਾ। ਇਹ ਗੱਲ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਤਾਂ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਕਹਿੰਦੇ ਆ ਵੀ ਬਿਨਸ ਜਾਣੀ ਆ ਦੁਨੀਆ, ਇੱਕ ਕਹਿੰਦਾ ਇਹ ਕਿਤੇ ਵੀ ਨਹੀਂ ਜਾਣੀ, ਇੱਕ ਬਿਨਸ ਹੈ, ਇੱਕ ਅਸਥਿਰ ਮਾਨੇ, ਅਤੇ ਨਵਾਂ ਪਾਤਸ਼ਾਹ ਕਹਿੰਦਾ ਅਚਰਜ ਲਖਿਓ। ਰਾਤੀ ਕਿਹਾ ਸੀ ਲਖਿਓ ਦਾ ਅਰਥ ਦੱਸਿਆ ਸੀ, ਲੱਖਣ ਕੀ
ਆਖੋ ਵਾਹਿਗੁਰੂ। ਤੁਸੀਂ ਸੁਣਿਆ ਸੀ, ਤੁਸੀਂ ਸੁਣਿਆ ਸੀ ਵੀ ਜਾਣਨ ਤੋਂ ਰਹਿਤ ਲੱਖਣਾ ਮਣੇ ਤੇਰਾ ਅੰਤ ਨਾ ਜਾਈ ਲਖਿਆ। ਹੇ ਵਾਹਿਗੁਰੂ ਤੇਰਾ ਅੰਤ ਕੋਈ ਜਾਣ ਨਹੀਂ ਸਕਦਾ। ਆਖੋ ਵਾਹਿਗੁਰੂ। ਇੱਕ ਬਿਨਸੈ ਇੱਕ ਅਸਥਰ ਮਾਨੇ ਅਚਰਜ, ਹੈਰਾਨਗੀ ਵਾਲੀ ਗੱਲ ਆ, ਜਾਣਿਆ ਨਹੀਂ ਗਿਆ ਵੀ ਇਹਨਾਂ 'ਚੋਂ ਦੋਵਾਂ 'ਚੋਂ ਸੱਚ ਕੀ ਹੈ। ਇੱਕ ਕਹਿੰਦਾ ਕਿਤੇ ਨਹੀਂ ਜਾਣਾ, ਨਾ ਕਿ ਸਾਹਿਬੋ, ਦੂਸਰਾ ਕਹਿੰਦਾ ਨਹੀਂ ਜੀ ਪੈਦਾ ਹੋਇਆ ਮਰ ਜਾਂਦਾ ਹੈ। ਮੇਰੇ ਸਾਹਿਬ ਬੜੇ ਇਸ਼ਾਰੇ ਪਿਆਰੇ ਕਰਦੇ, ਕਹਿੰਦੇ ਸਾਰਾ ਪਤਾ ਕਿਉਂ ਨਹੀਂ ਲੱਗਾ। ਧਿਆਨ ਦਿਓ ਹੁਣ ਆਹ ਦੋ ਗੱਲਾਂ 'ਚ ਬੜਾ ਸੁੰਦਰ ਫੈਸਲਾ ਜੇ, 10 ਮਿੰਟ ਬਾਕੀ। ਆਖੋ ਵਾਹਿਗੁਰੂ। ਕਹਿੰਦੇ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਤਾਂ ਨਹੀਂ ਪਤਾ ਲੱਗਾ। ਪਤਾ ਲੱਗਾ ਜੀ, ਕਾਮ ਕ੍ਰੋਧ ਮੋਹ ਬਸ ਪ੍ਰਾਣੀ, ਜਿਹੜਾ ਬੰਦਾ ਵਾਸ਼ਨਾ ਗੁੱਸੇ ਦੇ ਅਤੇ ਮੋਹ ਦੇ ਅਧੀਨ ਆ ਨਾ, ਉਹਨੂੰ ਰੱਬ ਦੀ ਮੂਰਤ ਨਹੀਂ ਦਿਸ ਸਕਦੀ ਵੀ ਰੱਬ ਦੇ ਖੇਲ ਕੀ ਨੇ। ਆਖੋ ਵਾਹਿਗੁਰੂ। ਅਚਰਜ ਲਖ ਨਾ ਜਾਈ, ਹੈਰਾਨਗੀ ਵਾਲੀ ਗੱਲ ਆ, ਜਾਣੀ ਨਹੀਂ ਸੱਸ ਗਈ। ਕਿਹਨੂੰ ਕਿਉਂ ਨਹੀਂ ਜਾਣੀ ਜਾਈ? ਕਿਉਂਕਿ ਵਾਸ਼ਨਾ ਦਾ ਮਰਿਆ ਬੰਦਾ, ਕਾਹਦਾ? ਗੁੱਸੇ ਦਾ ਮਰਿਆ ਬੰਦਾ। ਗੁੱਸੇ 'ਚ ਪਏ ਹੋਏ ਬੰਦੇ ਨੂੰ ਤੇ ਲਾਗੇ ਅੰਮ੍ਰਿਤ ਨਹੀਂ ਦਿਸਦਾ, ਲੱਤ ਮਾਰ ਕੇ ਉਹ ਵੀ ਭਾਂਡਾ ਡੋਲ ਦਿੰਦਾ ਹੈ। ਆਖੋ ਵਾਹਿਗੁਰੂ। ਅੰਮ੍ਰਿਤਮਈ ਚੀਜ਼ ਕੋਈ ਪਈ ਹੋਵੇ, ਸੁੰਦਰ ਤੋਂ ਸੁੰਦਰ, ਸੋਹਣੀ ਤੋਂ ਸੋਹਣੀ ਪਈ ਹੋਵੇ, ਤੁਸੀਂ ਦੱਸੋ ਗੁਰੂ ਕੇ ਸਿੱਖੋ, ਜਦੋਂ ਬੰਦੇ ਨੂੰ ਗੁੱਸਾ ਹੋਇਆ ਐ ਮਾਰ ਕੇ ਸਾਰਾ ਕੁਝ ਨਹੀਂ ਡੋਲ ਦਿੰਦਾ? ਉਹ ਰੱਬ ਦੀ ਗੱਲ ਨੂੰ ਕਿਤਨਾ ਜਾਣੂ? ਆਖੋ ਵਾਹਿਗੁਰੂ। ਵਾਸ਼ਨਾ ਤੇ ਗੁੱਸੇ ਤੇ ਮੋਹ ਦੇ ਬਸ ਪ੍ਰਾਣੀ ਹਰ ਮੂਰਤ ਵਿਸਰਾਈ, ਲਾਗੇ ਹੀ ਖਲੋਤਾ ਸੀ ਉਹ, ਰੱਬ ਦੀ ਮੂਰਤ ਇਹਨੂੰ ਭੁੱਲੀ ਰਹੀ, ਵਿਸਰੀ ਰਹੀ। ਆਖੋ ਵਾਹਿਗੁਰੂ। ਆਖਿਆ ਸਾਰਾ ਕੁਝ ਕਿਉਂ ਹੋਇਆ? ਕਹਿੰਦੇ ਝੂਠਾ ਤਨ, ਬੋਲੋ, ਇਹ ਸਰੀਰ ਝੂਠਾ ਜੇ ਕਿ ਸੱਚਾ ਜੇ? ਕਿੱਥੇ ਪੜਿਆ ਜੇ? ਰੋਜ਼ ਹੀ ਪੜ੍ਹਦੇ ਭਾਈ ਸਾਹਿਬ ਵੀ ਪੜ੍ਹਦੇ, ਕੂੜ ਕਾਇਆ, ਕੂੜ ਮਿਲੇ, ਝੂਠ, ਝੂਠੀ ਸਰੀਰ ਝੂਠਾ ਹੈ। ਅਤੇ ਸੁਖਮਨੀ ਸਾਹਿਬ ਪੜ੍ਹਨ ਵਾਲੇ ਤੁਸੀਂ ਨਿਤਨੇਮ 'ਚ ਪੜ੍ਹਦੇ ਹੋ, ਮਿਥਿਆ ਤਨ ਪੜ੍ਹਦੇ ਹੋ? ਨਹੀਂ, ਧਨ ਤਾਂ ਭੱਜ ਗਏ ਤਾਂ ਨਹੀਂ ਨਾ ਪਤਾ ਲੱਗਦਾ। ਪਹਿਲੋਂ ਵਿਸ਼ਾ ਤਾਂ ਸਾਡਾ ਚੱਲਦਾ ਸਰੀਰ ਦਾ, ਅਤੇ ਇੱਥੇ ਖਲੋ ਜੋ ਮਿਥਿਆ ਤਨ, ਤਨ ਤਨ ਸਰੀਰ ਕੀ ਹੈ? ਅਤੇ ਸਰਦਾਰਾ ਸ਼ੀਸ਼ੇ 'ਚ ਕੀ ਵੇਨਾ ਹੈ? ਇੱਕ ਵਾਰ ਇਸ ਤਰ੍ਹਾਂ ਲੱਕ ਸਿੱਧਾ ਕਰੋ, ਸੁਚੇਤ ਹੋ, ਕਿਤੇ ਐਸਾ ਹੋ ਕੇ ਇਹ ਨਾ ਹੋਵੇ ਵੀ ਅੱਖਾਂ ਇੱਥੇ ਗੱਡੀਆਂ ਆਉਣ ਵਿੱਚੋਂ ਕਿਤੇ ਭੱਜੇ ਫਿਰਦੇ ਹੋਈਏ। ਦੋ ਕੁ ਮਿੰਟ ਨੇ, ਚੰਗੀ ਤਰ੍ਹਾਂ ਫੜੋ। ਸ਼ੀਸ਼ੇ 'ਚ ਤਨ ਵੇਂਦੇ ਹੋ? ਆਖੋ ਵਾਹਿਗੁਰੂ। ਅਤੇ ਤਨ ਕੀ ਹੈ? ਝੂਠ। ਅਤੇ ਵੇਖ ਲਓ ਕਿੱਡਾ ਤੁਸੀਂ ਐਂ ਕਰ ਕਰਕੇ, ਐਂ ਕਰ ਕਰਕੇ, ਐਂ ਕਰਕੇ ਝੂਠ 'ਤੇ ਹੀ ਅੱਖਾਂ ਗੱਡੀਆਂ, ਝੂਠ 'ਤੇ ਹੀ, ਅਤੇ ਸਵਾਰਦਾ 24 ਘੰਟੇ, ਕਦੀ ਕਿਤੇ ਕਦੀ ਹੱਥ ਲਾ ਲਾ ਕੇ ਝੂਠ ਨੂੰ ਸਵਾਰਦਾ। ਗੁਰੂ ਕਹਿੰਦਾ ਝੂਠਾ ਤਨ ਸੱਚਾ ਕਰ ਮੰਨਿਓ, ਸੱਚੀ ਗੱਲ ਮੰਨ ਕੇ ਅਤੇ ਉਹਨੂੰ ਪੂਜਣ ਡਿਆ, ਸਰੀਰ ਨੂੰ ਪੂਜ ਰਿਹਾ। ਹੁਣ ਤੁਸੀਂ ਦੱਸੋ, ਜਿਹੜੇ ਜਿਹੜੇ ਵੀ ਇੱਥੇ ਦੇਵੀ ਦੇਵਤੇ ਪੀਰ ਪੈਗੰਬਰ ਸਰੀਰ ਵਿੱਚ ਆਏ ਨੇ, ਜਿਹੜਾ ਉਹਨਾਂ ਨਾਲ ਜੁੜ ਜੂ, ਝੂਠ ਨਾਲ ਜੁੜਿਆ ਹੈ ਕਿ ਸੱਚ ਨਾਲ ਜੁੜਿਆ? ਇੱਕ ਵਾਰ ਗੱਜ ਕੇ ਬੋਲੋ ਨਾ, ਫਿਰ ਸੱਚ ਕੀ ਹੈ? ਜਿਹਦਾ ਸਰੀਰ ਨਹੀਂ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨਮਸਤੰਗ ਅਕਾਏ, ਅਕਾਏ ਮੀਨਜ਼ ਜਿਹੜਾ ਕਾਇਆ ਤੋਂ ਰਹਿਤ ਆ। ਕਾਇਆ ਤੋਂ ਰਹਿਤ ਕੀ ਹੈ? ਜਿਹੜਾ ਹੈਗਾ ਹੈ ਮਗਰ ਸਰੀਰ ਨਹੀਂ, ਉਹ ਆ ਸ਼ਬਦ। ਉਹ ਕੀ? ਇੱਥੇ ਤਾਂ ਕੱਲ੍ਹ ਹੀ ਸੁਰਤ ਨਹੀਂ ਆਉਂਦੀ,
ਘਰਾਂ 'ਚ ਫੋਟੋ ਵੀ ਲਾਈਆਂ ਨੇ, ਸਰੀਰਾਂ ਦੀਆਂ ਲਾਈਆਂ, ਆਖੋ ਵਾਹਿਗੁਰੂ। ਪਤਾ ਲੱਗਾ ਜੀ ਫੋਟੋ ਜਿੰਨੀਆਂ ਬਣਦੀਆਂ ਕਾਹਦੀਆਂ, ਸ਼ਬਦ ਦੀ ਬਣਦੀ ਕੋਈ ਫੋਟੋ? ਚੱਕਰ ਚੇਨ ਔਰ ਵਰਨ ਜਾਤ ਕਿ ਚਿੱਤਰੰਗ ਬਹੀਨੈ, ਜਪ ਸਾਹਿਬ 'ਚ ਪੜ੍ਹਦੇ ਹੋ ਕਿ ਚਿੱਤਰੰਗ, ਕਿ ਤੇਰੀ ਕੋਈ ਜਿਹਦੀ ਮੂਰਤ ਹੀ ਨਹੀਂ। ਰੱਬ ਨੇ ਆਖਿਆ ਸੀ ਜੇ ਤੂੰ ਵੀ ਮੂਰਤ ਤੋਂ ਰਹਿਤ ਹੋਣਾ ਹੈ ਨਾ ਬੰਦਿਆ, ਤੇ ਤੂੰ ਉਹਦੇ ਨਾਲ ਜੁੜ ਜੇ ਦੀ ਆਪਣੀ ਮੂਰਤ ਨਹੀਂ ਪਕੜੋ। ਕਿਹਦੇ ਨਾਲ ਜੁੜਿਆ ਸੀ? ਸ਼ਬਦ ਨਾਲ ਤਾਂ ਜੁੜਿਆ ਸੀ ਕਿਉਂਕਿ ਸ਼ਬਦ ਦੀ ਕੋਈ, ਤੇ ਸ਼ਬਦ ਜਿਉਂਦਾ ਰਹਿੰਦਾ, ਸ਼ਬਦ ਕਦੀ, ਤੇ ਤਾਂ ਸਾਨੂੰ ਸ਼ਬਦ ਨਾਲ ਜੋੜਿਆ ਸੀ ਗੁਰੂ ਸਾਹਿਬ ਨੇ। ਅਸੀਂ ਮੁੜ ਮੁੜ ਕੇ ਫਿਰ ਸਰੀਰਾਂ ਵੱਲ, ਮੁੜ ਮੁੜ ਕੇ ਫਿਰ ਸਰੀਰਾਂ ਵੱਲ, ਸਰੀਰ ਦੀ ਗੱਲ, ਫਲਾਣੇ ਫਲਾਣੇ, ਢੀਂਗੜੇ ਢੀਂਗੜੇ, ਇਹ ਸਾਡੀ ਖੋਪਰੀ ਦੇ ਵਿੱਚੋਂ ਗੱਲ ਬੰਦੇ ਦੀ ਨਿਕਲ ਨਹੀਂ ਰਹੀ। ਗੁਰੂ ਕਹਿ ਰਿਹਾ ਮਨੁੱਖ ਕੀ ਟੇਕ ਦੇਵਣ ਕੋ, ਉਹ ਦੇਵਣ ਵਾਲਾ ਭਗਵਾਨ ਕੌਣ ਹੈ? ਥੋੜ੍ਹਾ ਕੁਐਸਚਨ ਕੱਢ ਦਿਓ, ਮੇਰਾ ਉੱਤਰ ਦਿਓ, ਨਹੀਂ ਬਾਣੀ 'ਚੋਂ ਬੋਲੋ। ਨਹੀਂ ਨਹੀਂ ਸ਼ਬਦ ਅਖੁੱਟ ਬਾਬਾ ਨਾਨਕਾ, ਉਹਦਾ ਨਾਂ ਦੱਸਦਾ ਹੈ ਵੀ ਉਹ ਜਿਹੜਾ ਸਦੀਵ ਦੇਣ ਵਾਲਾ ਹੈ ਨਾ ਵਾਹਿਗੁਰੂ ਪਰਮੇਸ਼ਰ, ਸ਼ਬਦ ਆ ਤੇ ਐਡਾ ਅਖੁੱਟ ਆ, ਖਾਹੇ ਖਰਚ ਧਨ ਪਿਓ ਦਾਦੇ ਕਾ ਖੋਲ, ਐਡੇ ਵੱਡੇ ਖਜ਼ਾਨੇ ਸ਼ਬਦ ਨਾਲ ਜੋੜਿਆ, ਤੇ ਬੰਦਾ ਮੁੜ ਮੁੜ ਕੇ ਫਿਰ ਸਰੀਰ ਵੱਲ ਭੱਜ ਰਿਹਾ, ਸਰੀਰ ਦੀ ਪੂਜਾ ਕਰ ਰਿਹਾ। ਅੱਜ ਜਿੰਨੇ ਪਵਾੜੇ ਪਏ ਨੇ, ਜੇ ਸਰੀਰਾਂ ਨਾਲ ਨਾਨਾ ਲੋਕ ਜੁੜਦੇ ਤਾਂ ਅੱਜ ਪੰਥੇ ਇਕਮੁੱਠ ਹੋਣਾ ਸੀ। ਪਕੜੇ ਕਿਸੇ ਨੂੰ ਪਤਾ ਲੱਗਾ ਧੀ ਭਾਗਾਂ ਵਾਲੀ ਸਿਰ ਹਿਲਾ ਰਿਹਾ, ਪਤਾ ਵੀ ਲੱਗਾ ਜੇ ਸਾਰੇ ਹੁਣ ਬਾਬਿਆਂ ਦੇ ਸਰੀਰ ਜਾਂ ਗੁਰੂਆਂ ਦੇ ਜਿਹਨਾਂ ਨੂੰ ਆਪਾਂ ਦਰਾਵਦਾ ਸਵਾਮੀ ਦੂਸਰੇ ਤੀਸਰੇ ਬਣੇ ਬੈਠੇ ਆ, ਇਹਨਾਂ ਦੇ ਸਰੀਰ ਨੇ, ਅਤੇ ਨਿਰੰਕਾਰੀ ਦਾ ਵੀ ਸਰੀਰ, ਰਾਧਾ ਸਵਾਮੀ ਦਾ ਵੀ ਸਰੀਰ, ਸੱਚੇ ਸੌਦੇ ਵਾਲੇ ਝੂਠੇ ਸੌਦੇ ਵਾਲੇ ਦਾ ਵੀ ਸਰੀਰ, ਜਾਂ ਬਾਬੇ ਤੀਸਰੇ ਚੌਥਰੇ ਸੰਪਰਦਾਵਾਂ, ਇਹ ਸਰੀਰ ਨੇ ਵੱਖਰੇ ਵੱਖਰੇ ਆ, ਇਹਨਾਂ ਨੂੰ ਇੱਕ ਥੋੜ੍ਹਾ ਤੁਸੀਂ ਕਹਿ ਸਕਦੇ ਹੋ? ਪਕੜੋ ਨਾ ਜਿੱਥੋਂ, ਇਹਨਾਂ ਨੂੰ ਆਪਾਂ ਇੱਕ ਨਹੀਂ ਕਹਿ ਸਕਦੇ, ਮਗਰ ਇਹਨੂੰ ਇਹ ਇੱਕ ਹੈ, ਅਤੇ ਜੇ ਇੱਕ ਨਾਲ ਜੁੜਦੇ ਤਾਂ ਸਾਰੇ ਇੱਕ ਹੋ ਜਾਂਦੇ। ਹੁਣ ਕਰ ਰਹੇ ਹੋ ਪੰਥ ਨੂੰ ਇਕੱਠਾ ਕਰ ਲਓ, ਉਹ ਕਹਿੰਦੇ ਜੀ ਨਹੀਂ ਜੀ ਸਾਡੀ ਤਾਂ ਮਰਿਆਦਾ ਨਹੀਂ, ਨਵੀਆਂ ਮਰਿਆਦਾ ਲਿਖਤੀਆਂ, ਨਵੇਂ ਆਪਣੇ ਕਰਮਕ ਲਿਖਤੇ, ਆਪਾਂ ਇੱਕ ਨਾ ਹੋ ਸਕੇ। ਝੂਠਾ ਤਨ ਸੱਚਾ ਕਰਮਾਨਿਓ ਜਿਉਂ ਸੁਪਨਾ ਰਹਿਣਾਈ, ਜਿਤਨਾ ਰਾਤ ਦਾ ਸੁਪਨਾ ਹੁੰਦਾ ਨਾ ਉਤਨਾ ਇਹ ਸਰੀਰ ਵੀ ਇੱਕ ਸੁਪਨੇ ਵਾਂਗੂ ਆ। ਝੂਠਾ ਤਨ ਸੱਚ, ਪਤਾ ਲੱਗਾ ਪੁੱਛਣਾ ਮਹਾਰਾਜ ਨੂੰ, ਝੂਠਾ ਸਰੀਰ ਅਸੀਂ ਇਹਨੂੰ ਸੱਚਾ ਕਰਕੇ ਮੰਨਿਆ, ਅਤੇ ਸਰੀਰ ਦੀ ਕਰਤੂਤ ਇੰਨੀ ਹੈ ਜਿਤਨਾ ਰਾਤ ਨੂੰ ਸੁਪਨਾ ਵੇਖੀਏ, ਸਵੇਰੇ ਕੁਛ ਵੀ ਨਹੀਂ ਹੁੰਦਾ, ਇੰਨੀ ਕੁ ਕਰਤੂਤ ਆ। ਅੱਖ ਖੁੱਲ੍ਹੀ ਅਤੇ ਸਰੀਰ ਦਿਸ ਰਿਹਾ, ਅੱਖ ਬੰਦ ਹੋ ਗਈ, ਬੋਲੋ ਬੋਲੋ ਬੋਲੋ, ਸਰੀਰ ਦਿਸਣਾ ਹੋ ਗਿਆ, ਹਟ ਗਿਆ। ਦੋ ਤਰ੍ਹਾਂ ਦਾ ਸੁਪਨਾ, ਇੱਕ ਖੁੱਲ੍ਹੀ ਅੱਖ ਦਾ, ਇੱਕ ਬੰਦ ਅੱਖ ਦਾ। ਜਿਹੜਾ ਬੰਦ ਅੱਖ ਦਾ ਭੈਣ ਸੁਪਨਾ ਹੈ, ਇਹ ਉਹਨਾਂ ਚਿਰ ਨਜ਼ਰ ਆਉਂਦਾ ਹੈ ਜਿੰਨਾ ਚਿਰ ਅੱਖ ਬੰਦ ਆ, ਅਤੇ ਮੈਂ ਵੇਖਣ ਡਿਆ ਵੀ ਮੈਂ ਰਾਜਾ ਬਣ ਬੈਠਾ ਅਤੇ ਮੇਰੇ ਕੋਲ ਵਜ਼ੀਰ ਨੌਕਰ ਚਾਕਰ ਬੈਠੇ ਆ। ਜੇ ਉਹ ਸੁਪਨੇ ਹੋਏ ਵੈਸਤ ਰਾਜਾ, ਇਹ ਤਾਂ ਨਹੀਂ ਪੜ੍ਹਿਆ, ਪੜ੍ਹਿਆ ਨਹੀਂ? ਜਿਉਂ ਸੁਪਨੇ ਹੋਏ ਰਾਤ ਨੂੰ ਰਾਜਾ ਬਣਿਆ, ਸਿਰ 'ਤੇ ਚੌਰ ਹੋ ਰਿਹਾ, ਨੌਕਰ ਬੈਠੇ, ਮਗਰ ਬੈਠੇ ਬੈਠੇ ਰਾਜੇ ਦੇ ਅੱਖ ਖੁੱਲ੍ਹ ਗਈ,
ਨਾ ਰਾਜ ਨਾ ਭਾਗ ਨਾ ਤਖਤ ਨਾ ਨੌਕਰ, ਟੁੱਟੀ ਮੰਜੀ ਤੇ ਲੰਮੇ ਪਿਆ ਸੀ, ਸੁਪਨਾ ਆਇਆ ਤੇ ਕਹਿੰਦੇ ਮੈਂ ਰਾਜਾ ਹਾਂ। ਅੱਖੋ ਵਾਹਿਗੁਰੂ, ਨੇਤਰ ਪਸਾਰੇ ਤਾਂ ਨਿਰਾਰਥ ਕਰਜਾ, ਅੱਖਾਂ ਖੁੱਲੀਆਂ ਤੇ ਕੁਛ ਵੀ ਨਹੀਂ। ਇਸ ਸਰੀਰ ਬਾਰੇ ਵੀ ਗੁਰੂ ਕਿਹਾ ਸਿੱਖਾ ਜਿੰਨਾ ਚਿਰ ਅੱਖ ਖੁੱਲੀ ਆ, ਵੇਖੇ ਸ਼ੀਸ਼ੇ ਦੇ ਵਿੱਚ ਜਦੋਂ ਸਾਹਮਣੇ ਹੁੰਦਾ ਉਦੋਂ ਸਰੀਰ ਦਿਸਦਾ ਹੈ, ਕਿੱਧਰ ਚਲੇ ਜਾਂਦਾ ਸਰੀਰ। ਜਰਾ ਕੁ ਐਨੂੰ ਹੋਇਓ ਤੇ ਸਰੀਰ ਸ਼ੀਸ਼ੇ ਦੇ ਵਿੱਚ ਹੈ ਹੀ ਨਹੀਂ, ਇੰਨੀ ਕਿਹਦੀ ਕਰਤੂਤ ਆ। ਮੇਰੇ ਸਾਹਿਬ ਕਹਿੰਦੇ ਝੂਠਾ ਤਨ ਸੱਚਾ ਕਰ ਮਾਨਿਓ, ਜੋ ਸੁਪਨਾ ਰਹਿਣਾਈ ਜੋ ਦੀਸੇ ਸੋ ਸਗਲ ਬਨਾਸੇ। ਜਿਹੜਾ ਦਿਸ ਰਿਹਾ ਇਹਨੇ ਸਾਰਾ ਹੀ ਬਿਨਸ ਜਾਣਾ। ਕਿਤਰਾਂ ਜਿਸ ਤਰ੍ਹਾਂ ਕੋਈ ਬੰਦਾ ਆਖੇ ਕੋਠਾ ਬਣਾਉਣ ਦੀ ਜ਼ਰੂਰਤ ਨਹੀਂ, ਬੱਦਲ ਨੇ ਤਾਂ ਛਾਂ ਕੀਤੀ ਕੀਤੀ ਆ। ਥੋੜ੍ਹਾ ਜਿਹਾ ਪਕੜ ਲਓ, ਬਸ ਇੱਕ ਮਿੰਟ ਰਹਿ ਗਏ। ਬੱਦਲ ਚੜ ਕੇ ਆਇਆ, ਹੁਣ ਤਾਂ ਧੁੱਪ ਲੱਗ ਹੀ ਨਹੀਂ ਰਹੀ, ਕੋਠਾ ਬਣਾਉਣ ਦੀ ਕੀ ਜ਼ਰੂਰਤ ਆ। ਆਖੋ ਵਾਹਿਗੁਰੂ, ਰੱਬ ਨੂੰ ਜਪਣ ਦੀ ਕੀ ਜ਼ਰੂਰਤ ਆ। ਦਿਸਦਾ ਰਿਹਾ ਇਹ ਬੰਦਾ, ਰੋਟੀ ਵੀ ਖਵਾ ਰਿਹਾ, ਸਭ ਕੁਝ ਗੱਲਾਂ ਵੀ ਕਰ ਰਿਹਾ, ਰੱਬ ਨਾਲ ਜਾਣ ਦੀ ਕੀ ਜ਼ਰੂਰਤ ਆ। ਕਹਿੰਦਾ ਸੱਜਣਾ ਇਸ ਤਰ੍ਹਾਂ ਵਾ ਜਿਸ ਤਰ੍ਹਾਂ ਜਿਉਂ ਬਾਦਲ ਕੀ ਸ਼ਾਹੀ, ਜਿਸ ਤਰ੍ਹਾਂ ਬੱਦਲ ਦੀ ਛਾਂ ਹੈ ਨਾ ਅਤੇ ਹਵਾ ਦੇ ਝੋਂਕੇ ਨਾਲ ਉੱਡ ਜਾਣੀ, ਇਸ ਤਰ੍ਹਾਂ ਹੀ ਹੈ ਤੇਰਾ ਸਰੀਰ। ਸਵਾਸ ਆਇਆ ਅਤੇ ਸਰੀਰ, ਹਮ ਆਦਮੀ ਹਾਂ, ਮੋਹਲਤ ਕੋਈ ਮੋਹਲਤ ਮੁਕਤ ਨਹੀਂ। ਜੋ ਦੀਸੇ ਸੋ ਸਗਲ ਬਨਾਸੈ, ਜੋ ਬਾਦਰ ਕੀ ਸ਼ਾਹੀ। ਆਖਿਆ ਵੀ ਰਹਿਣ ਵਾਲਾ ਕੀ ਆ। ਜਨ ਨਾਨਕ ਜਗ ਜਾਣੇ ਓ ਮਿਥਿਆ, ਜਗਤ ਨੂੰ ਝੂਠਾ ਕਰਕੇ ਜਾਣ ਲਓ, ਮੰਨੋ ਨਹੀਂ। ਮੰਨਦੇ ਤੇ ਤੁਸੀਂ ਆਇਓ ਕੀ ਵੀ ਜਗਤ। ਇੱਕ ਦੋਸਤ ਨੂੰ ਕਹਿੰਦੇ ਵੀ ਤੇਰਾ ਦੋਸਤ ਝੂਠਾ ਹੈ ਬੰਦਾ ਜਿਹਦੇ ਕੋਲ ਤੂੰ ਤੁਰਿਆ ਫਿਰਦਾ, ਅਤੇ ਉਹਨੂੰ ਆਪਾਂ ਛੱਡ ਦਿੰਦੇ ਹਾਂ ਵੀ ਹਾਂ, ਮਗਰ ਤੁਸੀਂ ਨਹੀਂ ਛੱਡ ਰਹੇ ਜਗਤ ਨੂੰ। ਫਿਰ ਆਖੋ ਵਾਹਿਗੁਰੂ, ਕੀ ਕਿਹਾ ਦਾਸ ਨੇ, ਕਿਉਂ ਮੰਨਦੇ ਹੋ? ਨਹੀਂ ਨਹੀਂ ਮੰਨਦੇ ਹੋ ਵੀ ਇਹ ਝੂਠਾ ਹੈ, ਜਾਣਦੇ ਨਹੀਂ ਵੀ ਝੂਠਾ ਹੈ। ਇਹ ਉਦਣ ਪਤਾ ਲੱਗੂ ਜਿੱਦਣ ਇਹ ਛੱਡ ਕੇ ਬਹਿ ਜਾਣਗੇ ਨਾ ਤੁਹਾਨੂੰ, ਫਿਰ ਤੁਹਾਡੀ ਰੂਹ ਨੇ ਜਾਣਨਾ ਹੈ, ਹੈ ਮੇਰੀ ਹੈ ਜਿੰਦੇ ਇਹ ਸਾਰੇ ਹੀ ਝੂਠੇ ਸੀ। ਮੈਂ ਕੱਲ੍ਹ ਵੀ ਕਿਹਾ ਸੀ, ਰੱਬ ਨਾ ਕਰੇ ਕਿਸੇ ਨੂੰ ਕੌਮਾਂ ਦੀ ਬਿਮਾਰੀ ਲੱਗ ਜਾਏ, ਬੰਦਾ ਕੌਮਾਂ 'ਚ ਚੱਲ ਜਾਏ, ਵੇਖਦਿਆਂ ਵੇਖਦਿਆਂ ਹੀ ਲੋਕ ਪਰੇ ਹੋ ਜਾਂਦੇ, ਕੋਈ ਲਾਗੇ ਨਹੀਂ ਆਉਂਦਾ। ਇਹ ਝੂਠਾ ਸੀ ਪ੍ਰੀਤ। ਮਹਾਰਾਜ ਕਹਿੰਦੇ ਜਨ ਨਾਨਕ ਜਗ ਜਾਣਿਓ ਮਿਥਿਆ, ਆਖਿਰ ਫਿਰ ਰਹਿਣ ਵਾਲਾ ਕੀ ਹੈ? ਰਹਿਓ ਰਾਮ ਸ਼ਰਣਾਏ, ਜਿਹੜੀ ਰਾਮ ਦੀ ਸ਼ਰਨ ਆ, ਰੱਬ ਦੇ ਚਰਨ ਨੇ, ਇਹ ਸਦਾ ਰਹਿਣ ਵਾਲੇ ਆ। ਸਤਿਗੁਰੂ ਕਿਰਪਾ ਕਰੇ, ਇਸ ਬਾਣੀ ਨੂੰ ਇੰਨੇ ਸਤਿਕਾਰ ਨਾਲ ਪੜ੍ਹੋ। ਇਹ ਪਹਿਲੇ ਦਿਨ ਵੀ ਕਿਹਾ ਸੀ ਵੀ ਬਾਬਾ ਬੁੱਢਾ ਸਾਹਿਬ ਨੇ ਕਿਹਾ, ਲੈਣਿਆ ਤੂੰ ਸਾਡੇ ਤੋਂ ਮਗਰੋਂ ਆਣ ਕੇ ਦੂਸਰਾ ਨਾਨਕ ਬਣ ਗਿਆ ਹੈ। ਆਖੋ ਵਾਹਿਗੁਰੂ, ਪਕੜ ਰਹੇ ਹੋ ਗੱਲ? ਮੈਂ ਕੀ ਕਿਹਾ? ਤੂੰ ਸਾਡੇ ਤੋਂ, ਅਸੀਂ ਪਹਿਲੋਂ ਦੇ ਇਸ ਬਾਪੂ ਨੂੰ ਜਾਣਦੇ ਹਾਂ, ਅਤੇ ਤੂੰ ਗੁਰੂ ਨਾਨਕ ਦਾ ਰੂਪ ਹੋ ਗਿਆ, ਅਸੀਂ ਉੱਥੇ ਰਹਿ ਗਏ। ਅਤੇ ਭਾਈ ਲਹਿਣੇ ਨੇ ਕਿਹਾ ਸੀ, ਜਿਹਾ ਪਾਓ ਤਿਹਾ ਫਲ ਪਾਈਏ। ਪਤਾ ਲੱਗਾ ਜਿਨ੍ਹਾਂ ਨੇ ਇਹਨੂੰ ਰੱਬ ਕਰਕੇ ਵੇਖਿਆ ਨਾ ਗੁਰੂ ਗ੍ਰੰਥ ਸਾਹਿਬ ਨੂੰ, ਧੀਓ ਉਹਨਾਂ ਨੂੰ ਰੱਬ ਬਣਾ ਦਿੱਤਾ ਇਹਨੇ। ਅਸੀਂ ਪੁੱਤ ਦੇਣ ਵਾਲਾ ਵੇਖਿਆ ਵੀ ਇੱਥੋਂ ਪੁੱਤ ਮਿਲਦੇ ਨੇ, ਇੱਥੋਂ ਵੀਜੇ ਮਿਲਦੇ ਆ, ਇੱਥੋਂ ਤੰਦਰੁਸਤੀ ਮਿਲਦੀ ਹੈ, ਇੱਥੋਂ ਧੀਆਂ ਮਿਲਦੀਆਂ, ਅਸੀਂ ਇੰਨੀ ਕੁ ਨਿਗਾਹ ਨਾਲ ਵੇਖਿਆ, ਇਹਦੇ ਤੋਂ ਅੱਗੇ ਪਾਰ ਤਾਂ ਵੇਖਿਆ ਹੀ ਨਹੀਂ। ਕੀ ਹੈ ਪਾਰ? ਕੀ ਆ ਬਾਈ ਲੈਣਾ ਜੀ? ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ, ਅਸੀਂ ਜਿੱਦਣ ਤੋਂ ਆਏ ਹਾਂ
ਅਸੀਂ ਇਹਨੂੰ ਸੰਤ ਕਰਕੇ ਨਹੀਂ ਵੇਖਿਆ, ਮਹਾਤਮਾ ਕਰਕੇ ਨਹੀਂ ਵੇਖਿਆ, ਮੈਂ ਇਸ ਭਾਵਨਾ ਨਾਲ ਆਇਆ ਵੀ ਇਹ ਰੱਬ ਆ। ਅਤੇ ਇੱਕ ਦਿਨ ਫਿਰ ਜਿਹੋ ਜਿਹਾ ਚਸ਼ਮਾ ਲਾਇਆ ਸੀ ਉਹ ਤਰ੍ਹਾਂ ਦਾ ਹੀ ਬਣਾ ਹੁੰਦਾ। ਤੁਸੀਂ ਵੀ ਇਹਨੂੰ ਰੱਬ ਕਰਕੇ ਜਾਣੋ, ਨੇਮੀ ਨਾ ਬਣੋ, ਰੱਬ ਨਾਲ ਨੇਮ ਨਹੀਂ ਕਰੀਦੇ, ਰੱਬ ਨਾਲ ਪ੍ਰੇਮ ਕਰੀਦਾ। ਅਤੇ ਪ੍ਰੇਮ ਤਾਂ ਫਿਰ ਇੱਕ ਛੇਨੀ ਬਣਾਏ, ਇੱਕ ਚਿੱਤ ਜੇ ਇੱਕ ਛਿਨ 'ਤੇ ਆਇਓ ਪ੍ਰੇਮ ਨਾਲ, ਫਿਰ ਕਾਲ ਫਾਸ ਕੇ ਕਾਲ ਦੀ ਫਾਸੀ 'ਚ ਨਹੀਂ ਆਇਆ। ਮੇਰਾ ਗੁਰੂ ਕਿਰਪਾ ਕਰੇ, ਤੁਹਾਨੂੰ ਮੈਨੂੰ ਪ੍ਰੇਮ ਬਖਸ਼ੇ, ਅਸੀਂ ਰੱਬ ਨਾਲ ਪ੍ਰੇਮ ਕਰੀਏ। ਅਤੇ ਜਿਹਦੇ ਨਾਲ ਪ੍ਰੇਮ ਕਰੀਏ ਉਹਦੇ ਤੋਂ ਸਿਰ ਵੀ ਵਾਰ ਦੀਦਾ ਹੈ। ਭਾਈ ਮਤੀ ਦਾਸ, ਸਤੀ ਦਾਸ ਉਹਨਾਂ ਨੇ ਆਪਣੇ ਸਿਰ ਵੀ ਵਾਰ ਦਿੱਤੇ ਗੁਰੂ ਤੋਂ। ਅਸੀਂ ਤਾਂ ਝੂਠ ਨਹੀਂ ਛੱਡ ਸਕਦੇ, ਅਸੀਂ ਤਾਂ ਅਜੇ ਬੇਈਮਾਨੀਆਂ ਫਰੇਬੀਆਂ ਨਹੀਂ ਛੱਡ ਸਕਦੇ। ਗੁਰੂ ਦੇ ਨਿਮਿੱਤ ਹੋ ਕੇ ਗੁਰੂ ਨਾਲ ਪ੍ਰੇਮ ਕਰਨ ਵਾਲੇ, ਆਓ ਕੁਝ ਨਾ ਕੁਝ ਬਰਿਆਈਆਂ ਰੋਜ਼ ਦੀਆਂ ਰੋਜ਼ ਸੁਰਤ ਰੂਪੀ ਝੋਲੀ ਦੇ ਵਿੱਚੋਂ ਬਾਹਰ ਕੱਢੋ। ਇਹਦੇ ਵਿੱਚ ਮੱਤ ਵਿੱਚ ਰਤਨ ਉਹ ਪਰ ਚੰਗੀਆਂ ਗੱਲਾਂ ਭਰੋ ਗੁਰਬਾਣੀ ਵਿੱਚ। ਮੇਰਾ ਸਤਿਗੁਰੂ ਕਿਰਪਾ ਕਰੇ, ਗੁਰਬਾਣੀ ਅੰਦਰ ਆਊਗੀ, ਇਹਦੇ ਵਿੱਚ ਬੜੀਆਂ ਚੰਗੀਆਂ ਗੱਲਾਂ ਨੇ। ਸਾਡੀ ਖੋਪਰੀ ਦੇ ਵਿੱਚ ਜਵਾਹਰ, ਹੀਰੇ ਅਤੇ ਮੋਤੀ ਭਰ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।